ਹਾਂ ਕਰੀਏ ਕੱਲ ਆਇਆ ਰਾਤ ਹੀ ਆਇਆ ਸੀ ਠੀਕ ਹਾਂ ਜੀ ਕਿਵੇਂ ਭਰਾ ਬੰਨੀ ਗੇੜਾ ਮਾਰਿਆ ਅੱਜ ਦਿੱਲੀ ਫਿਰ ਕਿੰਨੇ ਟਾਈਮ ਬਾਅਦ ਆਉਣਾ ਦਿੱਲੀ ਤੋਂ ਦਿੱਲੀ ਆ ਜਾਈਦਾ ਊਂ ਤਾਂ ਜਦੋਂ ਮੈਚ ਮੂਚ ਹੁੰਦੇ ਆ ਫਿਰ ਤਾਂ ਮੁਸ਼ਕਲ ਹੀ ਛੁੱਟੀ ਹੁੰਦੀ ਆ ਆਪਾਂ ਇਹਦੇ ਬਹੁਤ ਵੱਡੇ ਫੈਨ ਆ ਬੰਦੇ ਦੇ ਬਾਕੀ ਦੁਨੀਆ ਫੈਨ ਸਾਰੀ ਦੁਨੀਆ ਫੈਨ ਆ ਇਹਦੇ ਸਾਡੇ ਆਏ ਮੈਥੋਂ ਸਭ ਦਾ ਭੁੱਲੀ ਨਹੀਂ ਜਾਣੀ ਕੋਈ ਇਹੋ ਜਿਹੀ ਚੀਜ਼ ਆ ਫੁੱਟਬਾਲ ਦੀ ਟੂਰਨਾਮੈਂਟਾਂ ਤੇ ਕਈ ਇਹੋ ਜਿਹੀ ਘਟਨਾ ਵਾਪਰੀ ਹੋਏ ਹੱਠੀ ਭੱਠੀ ਤੇ ਬਹਿ ਕੇ ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ ਜਿਨ੍ਹਾਂ ਦੇਸ਼ ਸੇਵਾ ਵਿੱਚ ਪੈਰ ਪਾਇਆ ਤੇ ਉਹਨਾਂ ਲੱਖ ਮੁਸੀਬਤਾਂ ਝੱਲੀਆਂ ਨੇ। ਸਤਿ ਸ੍ਰੀ ਅਕਾਲ ਪੰਜਾਬੀਓ, ਮੈਂ ਤੁਹਾਡਾ ਜੱਗਾ ਖੁੱਡੀ ਕਲਾਂ ਵਾਲਾ ਲੈ ਕੇ ਪਹੁੰਚੇ ਹਾਂ ਫੁੱਟਬਾਲ 365 ਲਾਈਵ ਚੈਨਲ ਤੇ। ਅੱਜ ਪਹੁੰਚੇ ਹਾਂ ਪਿੰਡ ਠੀਕਰੀਵਾਲ, ਬਰਨਾਲੇ ਜ਼ਿਲ੍ਹੇ ਦਾ ਮਾਣ ਮੱਤਾ ਜਿਹਾ ਪਿੰਡ ਠੀਕਰੀਵਾਲ, ਜਿੱਥੋਂ ਦੇ ਸਾਡੇ ਸ਼ਹੀਦਾਂ ਦੇ ਸਰਮੌਰ ਸਰਦਾਰ ਸੇਵਾ ਸਿੰਘ ਜੀ ਠੀਕਰੀਵਾਲ ਦੀ ਧਰਤੀ ਆ, ਜਿਸ ਧਰਤੀ ਨੇ ਬੜੇ ਜਿਹੜੇ ਸੂਰਬੀਰ ਯੋਧੇ ਪੈਦਾ ਕੀਤੇ ਆ, ਬੜੇ ਫੁੱਟਬਾਲ ਖਿਡਾਰੀ ਪੈਦਾ ਕੀਤੇ ਆ, ਕਬੱਡੀ ਖਿਡਾਰੀ ਪੈਦਾ ਕੀਤੇ ਆ ਤੇ ਅੱਜ ਉਸ ਧਰਤੀ ਤੇ ਪੁੱਜੇ ਆ। ਇਸ ਤੋਂ ਬਾਅਦ ਤੁਹਾਡੀ ਮੁਲਾਕਾਤ ਜਿਹੜੀ ਇਸ ਪਿੰਡ ਦਾ ਨੌਜਵਾਨ ਜਿਹਨੇ ਛੋਟੇ ਜਿਹੇ ਪਿੰਡ ਦੇ ਵਿੱਚ ਉੱਠ ਕੇ ਇੱਕ ਵੱਡਾ ਨਾਮ ਜਿਹੜਾ ਖੱਟਿਆ ਪੂਰੇ ਪੰਜਾਬ ਦੇ ਵਿੱਚ ਨਹੀਂ, ਦਿੱਲੀ ਕਲੱਬਾਂ ਵੀ ਜਿਹਦੀਆਂ ਮੰਗ ਕਰਦੀਆਂ ਨੇ, ਵੱਖੋ ਵੱਖਰੀ ਟੀਮਾਂ ਜਿਹੜੀਆਂ ਮੰਗ ਕਰਦੀਆਂ ਨੇ ਤੇ ਅੱਜ ਆਪਾਂ ਰਾਜਦੀਪ ਠੀਕਰੀਵਾਲ ਦੇ ਨਾਲ ਮੁਲਾਕਾਤ ਕਰਨ ਦੇ ਲਈ ਸਰਦਾਰ ਸੇਵਾ ਸਿੰਘ ਜੀ ਠੀਕਰੀਵਾਲ ਉਹਨਾਂ ਦੇ ਪਿੰਡ ਦੇ ਵਿੱਚ ਪੁੱਜੇ ਹਾਂ ਤੇ ਰਾਜਦੀਪ ਦਾ ਵੀ ਹਾਲ ਚਾਲ ਜਾਣਾਂਗੇ ਤੇ ਉਹਦੇ ਬਾਰੇ, ਉਹਦੀ ਜੀਵਨੀ ਬਾਰੇ, ਫੁੱਟਬਾਲ ਬਾਰੇ, ਉਹਦੇ ਬਾਰੇ ਗੱਲਾਂ ਕਰਾਂਗੇ ਤੇ ਲੈ ਚੱਲਦੇ ਹਾਂ ਤੁਹਾਨੂੰ ਰਾਜਦੀਪ ਠੀਕਰੀਵਾਲ ਦੇ ਘਰ ਦੇ ਵਿੱਚ। ਚਲੋ ਚਲੋ ਯਾਰੀ, ਕਿੱਧਰ ਨੂੰ ਆਇਆ ਰਾਹ ਦੇ ਰਾਜਦੀਪ ਦਾ ਰਾਹ? ਯਾਰ ਮੈਂ ਆਇਆ ਤਾਂ ਸੀਗਾ ਪਹਿਲਾਂ ਇੱਕ ਵਾਰੀ ਤੇ ਇੱਥੋਂ ਸਿੱਧਾ ਉੱਥੋਂ, ਮੈਂ ਮੇਰੇ ਖਿਆਲ ਚ ਉਧਰੋਂ ਮੁੜਨਾ ਹਨਾ, ਸਾਹਮਣੇ ਜਿਹੜੀ ਉਹ ਪਈ ਆ ਛੱਡ ਕੇ ਇੱਧਰੋਂ ਫਿਰਨੀ ਮੁੜਨਾ ਗਾ। ਹਾਂ ਗਾਹ ਜਾ ਕੇ ਪੁੱਛ ਲਈਏ, ਪਿੰਡ ਵੱਡਾ ਆ ਗਿਆ। ਹਾਂ ਹੈਗੀ 8,000-9,000 ਫੁੱਟ ਇੱਥੇ, ਉਹਦਾ ਵੀ ਕੋਚ ਦਾ ਵੀ ਘਰ ਆਪਣੇ ਦਾ ਅਤਿੰਦਰਪਾਲ ਬਾਗੜੀ ਦਾ, ਆਹ ਵੀ ਇਹਾਂ ਚ ਘਰ ਆ ਅਤਿੰਦਰਪਾਲ ਬਾਗੜੀ ਕੋਚ ਦਾ। ਇੱਥੇ ਇੱਥੇ ਪੁੱਛ ਲਈ ਗੇਰੀ, ਮੈਂ ਭੁੱਲ ਗਿਆ ਇਹਨੂੰ ਕਹਿੰਦਾ, ਉਹ ਵਿਆਹ ਆਇਆ ਸੀਗਾ, ਵਿਆਹ ਤੋਂ ਬਾਅਦ ਨਹੀਂ ਆਇਆ। ਗੇਰੀ ਮੈਂ ਕਹਿਣਾ ਵੀ ਇਹਨਾਂ ਤੋਂ ਪੁੱਛ ਲਾ। ਹਾਂ ਬਾਈ, ਆਹ ਦੁਕਾਨ ਤੋਂ ਪੁੱਛ ਲੈਣੇ ਆਪਾਂ, ਜਾਣਦੇ ਹੋਊਗਾ ਪਿੰਡ ਤੋਂ ਉਹ ਬਾਈ ਬੈਠਾ, ਉਹਨੂੰ ਪੁੱਛ ਲੈਣੇ ਆਪਾਂ, ਇਹਨੂੰ ਪੁੱਛ ਲਾ। ਯਾਰ ਛੜੇ ਤੇ ਉਹ ਇੱਕ ਨਾ ਆਪਣੇ ਰਾਜਦੀਪ ਆ ਮੁੰਡਾ ਠੀਕਰੀਵਾਲ ਦਾ, ਮੰਡੀ ਕੋਲ ਇੱਥੋਂ ਮੁੜ ਕੇ ਮੰਡੀ ਆਊਗਾ, ਮੰਡੀ ਕੋਲ ਬਰੋਟਾ। ਹਾਂ ਮੰਡੀ ਕੋਲ ਬਰੋਟਾ, ਬਸ ਮੂਹਰੇ ਘਰ ਉਹਨਾਂ ਦਾ ਹੀ ਆ। ਬਸ ਠੀਕ ਹੈ ਵੀਰੇ, ਧੰਨਵਾਦ, ਚੱਲੀਏ। ਚੱਲ ਹੁਣ ਆਪਾਂ ਬਰੋਟੇ ਨੂੰ ਪੁੱਛਣਾ ਗਾ। ਸਤਿ ਸ਼੍ਰੀ ਅਕਾਲ ਵੀਰ, ਇੱਥੇ ਨਾ ਜੀ ਆਪਣੇ ਇੱਕ ਰਾਜਦੀਪ ਪਿੰਡ ਦਾ ਮੁੰਡਾ,
ਤੇ ਫੁੱਟਬਾਲ ਖੇਡਦਾ ਜਿਹੜਾ ਦਿੱਲੀ ਕਲੱਬ ਲਈ ਖੇਡਦਾ ਹੈਗਾ। ਉਹਦਾ ਘਰ ਪੁੱਛਣਾ ਸੀ ਸਾਨੂੰ ਇੱਥੇ ਜੇ 10 ਪਾਈ ਸੀ। ਸਤਿ ਸ਼੍ਰੀ ਅਕਾਲ। ਤੇ ਰਾਜੀਵ ਦੇ ਘਰ ਦੀ ਆ ਹੀ ਸਾਹਮਣੇ। ਠੀਕ ਹੈ ਜੀ, ਘਰੀ ਮਿਲ ਜੂਗੀ? ਹਾਂ ਘਰੀ, ਕੱਲ ਆਇਆ, ਰਾਤ ਹੀ ਆਇਆ ਸੀ। ਠੀਕ ਠੀਕ ਹੈ ਜੀ, ਧੰਨਵਾਦ ਧੰਨਵਾਦ। ਰਾਜਦੀਪ ਰਾਜਦੀਪ ਵਾਹ, ਉਹ ਜੱਗਿਆ ਯਾਰਾ, ਕਿਵੇਂ ਆ? ਠੀਕ ਆ, ਵਧੀਆ ਵਧੀਆ। ਕਿਵੇਂ ਰਾਜਦੀਪ? ਵਧੀਆ ਵਧੀਆ। ਹੈ ਹੈ, ਕਿਵੇਂ ਭਰਾ ਬਣੀ ਗੇੜਾ ਮਾਰਿਆ ਅੱਜ? ਤੈਨੂੰ ਵੀ ਪਿਆਰ ਆਣਾ, ਜਾਣ ਬਣਾਉਣਾ, ਸ਼ੌਂਕੀ ਆ। ਹਾਂ, ਇੱਕ ਇਹ ਬਸੇਰਾ ਗਾ ਆਪਣੀ ਵੱਡੀ, ਆਹ ਬਸੇਰੀ ਆ, ਇਹ ਹੋ ਗਈ ਹਾਂ 1.5 ਸਾਲ। ਸ਼ੌਂਕ ਨਹੀਂ ਰੱਖੀ ਆਪਾਂ, ਆਪਾਂ ਕਿਹੜਾ ਕੋਈ ਵਪਾਰ ਵਾਲਾ ਸ਼ੌਂਕ ਨਹੀਂ ਬਸ। ਹਾਂ, ਦਿੱਲੀਓ ਰਾਤ ਆਇਆ ਫਿਰ ਮੈਂ। ਮੱਝਾਂ ਆਪਣੇ ਘਰ ਦੀ ਨਾਲ ਆਪਾਂ ਹੋ ਜਾਈਦਾ ਜਦੋਂ ਆ ਜਾਈਦਾ ਛੁੱਟੀ। ਹਾਂ, ਜੁਆਇੰਟ ਫੈਮਿਲੀ ਆਪਣੀ, ਹਾਂ ਮੈਂ, ਮੇਰਾ ਡੈਡੀ ਤੇ ਚਾਚਾ, ਮੇਰੀ ਮੰਮੀ ਤੇ ਮੇਰੀ ਚਾਚੀ ਜਿਹੜੀ ਮਾਸੀ, ਉਹ ਸਕੀਆਂ ਭੈਣਾਂ ਨੇ, ਤਾਂ ਹੀ ਇੱਕ ਥਾਂ ਨਿਭੀ ਜਾਂਦੀ ਆ ਜੁਆਇੰਟ ਫੈਮਿਲੀ। ਤੈਨੂੰ ਪਤਾ ਯਾਰ ਅੱਜ ਕੱਲ ਬਹੁਤ ਉਹ ਆ, ਮੱਝਾਂ ਮੇਰਾ ਡੈਡੀ ਸਾਂਭ ਲੈਂਦਾ ਗਾ, ਤੇ ਮੱਝਾਂ ਮੁੱਝਾਂ ਸਾਂਭ ਕੇ, ਤੇ ਨਾਲ ਮੇਰੀ ਆਪਣੇ ਬੁੜੀਆਂ ਵੀ ਕੰਮ ਸੁੱਖ ਨਾਲ ਕੰਮ ਕਰਦੀਆਂ, ਪਤਾ ਪੁਰਾਣੀਆਂ ਬੁੜੀਆਂ ਦਾ। ਹਾਂ ਹਾਂ, ਕਣਕ ਕੱਲ ਹੀ ਨਿਬੇੜਿਆ, ਕਣਕ ਦਾ ਤੂੜੀ ਤੂੜੀ ਦਾ ਹਜੇ ਰਹਿੰਦਾ ਕੰਮ, ਵਾਹ ਹੁਣ ਕੱਲ ਹੀ ਲਿਆਂਦੀ ਆ ਟਰਾਲੀ ਭਰ ਕੇ। ਹਾਂ, ਹੋਰ ਫਿਰ ਜੱਗੇ, ਘਰ ਕੋਲ ਲੱਭਣ ਚ ਪਰੇਸ਼ਾਨੀ ਤਾਂ ਨੀ ਹੋਈ ਕੋਈ? ਹਾਂ ਹਾਂ, ਤੂੰ ਤਾਂ ਪਿੰਡ ਚ ਆਇਆ ਰੂਮੇ ਸਾਹ, ਹਾਂ ਇੱਕ ਮੇਰੇ ਵਿਆਹ ਵੀ ਆਪਣਾ ਤਾਂ ਊ ਵੀ ਪਿੰਡ ਚ ਵੀ ਕਿਨ ਮਰਜ਼ੀ ਆਪਾਂ ਦਰ ਜਾਣਦੀ ਆ ਭਰਾ ਆਪਣੇ ਸਾਰੇ ਪਿੰਡ ਦੇ। ਕਿੰਨੀ ਕੁ ਵੋਟ ਆਉਂਦੇ ਆ ਤੇਰੇ ਅੱਗੇ ਤੇਰੇ ਪਿੰਡ ਦੀ? ਹੈਗੀ ਆ ਯਾਰ 7 ਤੋਂ ਕਰੀਬ, ਹੈਗੀ ਆ 7 ਉੱਤੇ ਹੋਊ, 7.5 ਦੇ ਵਿੱਚ ਵਿੱਚ ਹੋ ਸਕਦੀ ਹੈ, ਜਾਂ 6.5-7 ਇੰਨੀ ਹੋ ਸਕਦੀ ਹੈ। ਹਾਂ, 4 ਪੱਤੀਆਂ ਨੇ। ਠੀਕ ਹੈ, ਹਾਂ 4 ਦੇ ਜਿਹੜੇ ਤੇ ਕਿੰਨੇ ਦਿੱਲੀ, ਫਿਰ ਕਿੰਨੇ ਟਾਈਮ ਬਾਅਦ ਆਉਣਾ ਹੁੰਦਾ ਦਿੱਲੀ ਤੋਂ? ਦਿੱਲੀ ਆ ਜਾਈਦਾ ਉਂ ਤਾਂ ਜਦੋਂ ਮੈਚ ਮੂਚ ਹੁੰਦੇ ਆ ਫਿਰ ਤਾਂ ਮੁਸ਼ਕਲ ਹੀ ਛੁੱਟੀ ਹੁੰਦੀ ਆ, ਤੇ ਜੋ ਲੀਗ ਲੂਗ ਚੱਲਦੀ ਹੋਵੇ। ਚੱਲ ਫਿਰ ਆਪਾਂ ਆਪ ਵੀ ਸੀਰੀਅਸ ਰਹਿੰਦਾ ਪਲੇਅਰ, ਤੈਨੂੰ ਪਤਾ ਮੈਚ ਮੂਚ ਹੁੰਦੇ ਊਂ, ਜਦੋਂ ਹੁਣ ਜਿਵੇਂ ਆਫ ਸੀਜ਼ਨ ਆ, ਹੁਣ ਚੱਲ 15-15 ਕੁ ਦਿਨਾਂ ਬਾਅਦ ਆ ਜਾਈਦਾ, ਕਦੇ ਗੇੜਾ ਗੂੜਾ ਕੱਢਦੇ ਸ਼ਨੀਵਾਰਾਂ ਤੋਂ। ਘਰੇ ਕੌਣ ਕੌਣ ਆ? ਘਰੇ ਮੰਮੀ ਡੈਡੀ ਆ, ਤੇ ਚਾਚਾ ਚਾਚੀ ਆ, ਤੇ ਇੱਕ ਆਪਣਾ ਵੱਡਾ ਜਿਹੜਾ ਚਾਚੇ ਦਾ ਮੁੰਡਾ ਗਾ ਉਹ ਮੇਥੋਂ ਵੱਡਾ ਗਾ 6 ਮਹੀਨੇ, ਤੇ ਜਿਹੜਾ ਛੋਟਾ ਗਾ ਉਹ ਮੇਥੋਂ 1.5 ਸਾਲ ਛੋਟਾ ਗਾ। ਇੱਕ ਜਿਹੜਾ ਚਾਚੇ ਦਾ ਮੁੰਡਾ ਉਹਦਾ ਬਾਗਿਆ ਮਨੀਲਾ,
ਤੇ ਦੂਜਾ ਆਪਣਾ ਛੋਟਾ ਭਰਾ ਉਹਨੇ ਆਈਲੈਟਸ ਕੀਤੀ ਸੀ, ਉਹ ਕੈਨੇਡਾ ਵਗ ਗਿਆ। ਅੱਛਾ। ਹਾਂ ਨਿੱਕਾ। ਹਾਂ ਨਿੱਕਾ ਉਹ ਕ੍ਰਿਕਟ ਵਾਲਾ, ਕ੍ਰਿਕਟ ਵਾਲਾ ਉਹਨੂੰ ਕ੍ਰਿਕਟ ਦਾ ਬਹੁਤ ਸ਼ੌਂਕ ਸੀ। ਉਹ ਵੀ ਬੈਸਟ ਬਹੁਤ ਨਿਕਲਦਾ ਸੀ। ਹਾਂ ਹਾਂ ਉਹ ਵੀ ਬਹੁਤ। ਹਾਂ ਉਹ ਰੱਬ ਦਾ ਉਹੀ, ਆਪਾਂ ਨੂੰ ਮੰਨ ਲਾ ਤੂੰ ਚਾਹੇ ਰੱਬ ਦਾ ਦੇਣ ਵਾਲਾ ਚਾਹੇ ਨੈਚੁਰਲ ਵਾਲਾ, ਸਾਡੀ ਦੋਵਾਂ ਭਾਈਆਂ ਦੀ ਹੋਈ ਸਪੋਰਟਸ ਵਾਲੀ ਬੋਡੀ ਆ ਜਿਵੇਂ ਆਪਾਂ ਕਹਿੰਦੇ ਵੀ ਨੈਚੁਰਲ। ਹਾਂ ਇਹ ਵੀ ਮੜੰਗਾ ਵੀ ਛੋੜਾ ਇੱਕੋ ਹੀ। ਹਾਂ ਮੜੰਗਾ ਉਹ ਵੀ ਕਈ ਵਾਰ ਕ੍ਰਿਕਟ ਟੂਰਨਾਮੈਂਟ ਜਾਂਦਾ ਲੱਗਦਾ ਯਾਰ ਤੂੰ ਤਾਂ ਬਾਈ ਫੁੱਟਬਾਲ ਖੇਡਦਾ ਹੈ, ਤੇ ਉਹ ਮੈਨੂੰ ਵੀ ਕਈ ਵਾਰ ਕਹਿ ਜਾਂਦੇ ਬਾਈ ਤੂੰ ਤਾਂ ਕ੍ਰਿਕਟ ਖੇਡਦਾ, ਇੱਕ ਬਾਈ ਭੁਲੇਖਾ ਪੈ ਜਾਂਦਾ। ਹਾਂ ਉਹੀ ਹਾਈ ਟੂਟ ਸਾਰਾ ਕੁਛ। ਹਾਂ ਸਾਰਾ ਕੁਛ ਹੋਈ ਜਾਂਦਾ ਇਹਨਾਂ ਚ ਵੀ। ਕੈਨੇਡਾ ਜਾਣਾ? ਹਾਂ ਉਹ ਕੈਨੇਡਾ ਹੁਣ ਸਰੀ ਚ। ਸਰੀ ਚ ਮੇਰੇ ਚਾਚਾ ਜੀ ਗਏ ਵੇ, ਆਪਣੀ ਚਾਚੀ ਤੇ ਚਾਚੀ ਜੀ ਤੇ ਆਪਣਾ ਚਾਚੇ ਦਾ ਮੁੰਡਾ, ਤੇ ਹੁਣ ਉਹਦਾ ਵਿਆਹ ਹੋਇਆ ਗਾ, ਹੁਣ ਮੇਰੇ ਮਤਲਬ ਭਾਬੀ ਨੇ ਵੀ ਚੱਲ ਜਾਣਾ ਥੋੜੇ ਟਾਈਮ ਚ। ਹਾਂ ਹੁਣ ਉਹ ਗੇੜਾ ਕੱਢ ਕੇ ਗਿਆ ਵਿਆਹ ਕਰਾਉਣੀ ਆਇਆ ਸੀ, ਉਹ ਨਿੱਕਾ ਤਾਂ ਆਇਆ ਨੀ। ਚਲੋ ਚਾਚਾ ਚਾਚੀ ਹਾਂ ਆ ਗਏ ਆ। ਫਿਰ ਖੇਡਣ ਦੇ ਨਾਲ ਨਾਲ ਹੋਰ ਕੀ ਕਾ ਸ਼ੌਂਕ ਰੱਖਦਾ? ਖੇਡਣ ਦੇ ਨਾਲ ਨਾਲ ਬਸ ਆਪਾਂ ਨੂੰ ਘੋੜ ਸਵਾਰੀ ਦਾ ਸ਼ੌਂਕ, ਇੱਕ ਤਾਂ ਘੋੜਿਆਂ ਘੋੜਿਆਂ ਦਾ, ਕੁੱਤਿਆਂ ਦਾ ਸ਼ੌਂਕ ਆ, ਕਬੂਤਰਾਂ ਦਾ ਗਾ, ਤੇ ਮੁਰਗ ਮੁਰਗਿਆਂ ਦਾ ਗਾ। ਸ਼ੌਂਕ ਹੀ ਪਗਾਈ। ਹਾਂ ਸ਼ੌਂਕ ਹੀ ਆ ਰੱਬ ਨੇ, ਆਪਾਂ ਰੱਬ ਨੇ ਕੰਮ ਹੀ ਇਹੋ ਜਿਹਾ ਦੇਤਾ ਵੀ ਸ਼ੌਂਕ ਵੀ ਪੂਰੇ ਹੋਈ ਜਾਂਦੇ ਆ, ਤੇ ਆਪਦਾ ਜਿਹੜਾ ਚਲੋ ਨੌਕਰੀ ਕਰਦੇ ਆ ਆਪਾਂ, ਜਿਹੜਾ ਬੰਦੇ ਨੂੰ ਹੁੰਦਾ ਗਾ ਵੀ ਪੈਸੇ ਢਿੱਲੇ ਬੋਲੇ ਸਾਰਾ ਬਾਬੇ ਕਿਰਪਾ, ਕਿਰਪਾ ਬਾਬੇ ਦੀ ਜਮਾ। ਹਾਂ ਦੋਵੇਂ ਹੱਥ ਬਾਬੇ ਦੇ ਸਿਰ ਤੇ ਦੀ ਬਾਪ ਵੀ ਨੀਤਾ ਨਾਲ ਮਰਦਾ ਨੇ। ਹਾਂ ਹਾਂ ਬਾਈ ਪਾਪਾ ਦਿਲ ਚ ਨਹੀਂ ਕੁਛ ਲੁਕੋ ਕੇ ਰੱਖਦਾ ਨਾ, ਆਪਣੇ ਬਾਈ ਜਿਹੜੇ ਆਪਣੇ ਹੁਣ ਨਾਲ ਬੰਦੇ ਬਹਿੰਦੇ ਆ ਆਪਣੇ ਬਾਰੇ ਜਾਣਦੀ ਆ ਸਾਰੇ, ਪਤਾ ਹੀ ਉਹਨਾਂ ਨੂੰ ਵੀ ਦਿਲ ਚ ਕੀ ਗੱਲ ਬਾਤ ਆ, ਦਿਲ ਚ ਹੈਗਾ ਕਿ ਨਹੀਂ ਕੁਛ। ਬਾਕੀ ਪਿੰਡ ਚ ਪਤਾ ਤਾਂ ਹੈਗਾ, ਬਾਹਰ ਲੈਣ ਤਾਂ ਪਤਾ ਗਾ ਸਾਨੂੰ ਤਾਂ ਪਤਾ ਤੇਰਾ, ਪਰ ਮੈਚ ਦੇ ਵਿੱਚ ਗੱਡੀਆਂ ਰੈੱਡ ਕ੍ਰਾਸ ਹੋ ਜਾਂਦੀਆਂ ਨੇ ਉਹ ਬਾਈ ਫਿਰ ਤੈਨੂੰ। ਹਾਂ ਉਹ ਤੇ ਮੈਂ ਥੋੜਾ ਹੁਣ ਰੈੱਡ ਕ੍ਰਾਸ ਹੋ। ਹਾਂ ਹਾਂ ਬਾਈ ਹੁਣ ਤਾਂ ਮੈਂ ਕੰਟਰੋਲ ਕਰ ਲਿਆ, ਹੁਣ ਥੋੜਾ ਕੰਟਰੋਲ ਵੀ ਕੀਤਾ। ਹਾਂ ਥੋੜਾ ਕੀਤਾ, ਐ ਹੁੰਦਾ ਯਾਰ ਬਾਈ ਜਦੋਂ ਆਪਾਂ ਉਹ ਕਰਦੇ ਆ ਨਾ ਜ਼ੋਰ ਲਾਉਣੇ ਆ ਯਾਰ, ਚੱਲ ਆਪਣੇ ਹੁਣ ਨਾਲ ਦੇ ਮੁੰਡੇ ਵਿੱਚ ਦੀ ਥੋੜੇ ਮੁੰਡੇ ਬਾਹਰ ਵੱਗ ਗਏ, ਟੀਮ ਥੋੜੀ ਵੀਕ ਹੋ ਗਈ ਆਪਣੀ, ਤੇ ਹੁਣ ਬਾਬੇ ਦੀ ਕਿਰਪਾ ਨਾਲ ਜਵਾਕ ਉੱਠੇ ਆ ਤੇ ਵਧੀਆ ਖੇਡਣ ਲੱਗ ਗਏ। ਤੇ ਚਲੋ ਕਈ ਵਾਰ ਯਾਰ ਐ ਹੁੰਦਾ ਗਾ ਵੀ ਆਪਾਂ ਮੈਚ ਚੰਗੇ ਭਰੇ ਜਿੱਤਦੇ ਹੁੰਦੇ ਆ, ਕੋਈ ਪਿੱਛੇ ਹੁਣ ਜਵਾਕ ਗਲਤ ਜਵਾਕਾਂ ਤੋਂ ਗਲਤੀ ਹੁੰਦੀ ਜਾਂ ਕਿਸੇ ਤੋਂ ਵੀ ਚਲ ਬੋਲਿਆ ਜਾਂਦਾ। ਹਾਂ ਪਰ ਆਪਾਂ ਇਹ ਆ ਗੱਲ ਆਪਾਂ ਨੂੰ ਆਪਣੇ ਬਾਰੇ ਸਾਰਿਆਂ ਨੂੰ ਪਤਾ ਵੀ ਜਿਹੜਾ ਇਹ ਗਰਾਊਂਡ 'ਚ ਹੀ ਆ ਗੁੱਸਾ, ਜਿਹੜਾ ਆਪਾਂ ਬਾਹਰ ਮਿਲਦਾ ਆਪਾਂ ਨੂੰ ਉਹਨੂੰ ਪਤਾ ਹੀ ਆ ਅਗਲੇ ਨੂੰ ਵੀ ਯਾਰ ਗਰਾਊਂਡ 'ਚ ਚਲੋ ਇਹ ਗੁੱਸਾ ਆ ਜਾਂਦਾ ਬੰਦੇ ਨੇ, ਜਿਹੜਾ ਜ਼ੋਰ ਲਾਉਂਦਾ ਉਹਨੂੰ ਗੁੱਸਾ ਹੁੰਦਾ ਹੀ ਆ ਯਾਰ ਥੋੜ੍ਹਾ ਬਹੁਤਾ। ਹਾਂ ਹੋਰ ਬਸ ਬਾਈ ਵਧੀਆ ਬਾਬੇ ਦੀ ਕਿਰਪਾ, ਬਸ ਨਵੀਂ ਤਾਜ਼ੀ ਦੱਸ ਤੈਨੂੰ ਝੂਟਾ ਦਵਾ ਦਿੰਦੇ ਘੋੜੀ ਤੇ ਅੱਜ ਰਾਈਡਿੰਗ ਕਰਾ ਦਈਏ। ਡਰ ਲੱਗਦਾ ਝੂਟਾ ਲੈ, ਛੋਟੇ ਹੁੰਦੇ ਨੇ ਇੱਕ ਵਾਰੀ ਚੜਾਵਾ। ਹਾਂ ਸਾਡੇ ਤਾਂ ਯਾਰ ਇਹਨਾਂ ਨੇ ਆਪਾਂ ਤਾਂ ਪਾਰ ਲਾਇਆ ਯਾਰ ਘੋੜੀਆਂ ਨੇ ਸਾਡੇ, ਐਸ ਕੋਈ ਪੁਰਾਣਾ ਬਜ਼ੁਰਗ ਮਿਲਿਆ ਸੀਗਾ ਮੈਨੂੰ ਪਹਿਲਾਂ, ਆਪਣਾ ਥੋੜਾ ਜਿਹਾ ਕੰਮ ਥੋੜਾ ਡਾਵਾ ਡੋਲ ਹੋ ਗਿਆ ਸੀ ਘਰ ਦਾ ਆਰਥਿਕ ਤੌਰ ਤੇ ਵੀ, ਊਂ ਵੀ ਚਲੋ ਤੈਨੂੰ ਪਤਾ ਘਰ ਘਰ ਦੀ ਕਹਾਣੀ ਹਨਾ, ਥੋੜਾ ਮੋਟਾ ਜਦੋਂ ਕਰਜਾ ਕੁਰਜਾ ਸਿਰ ਤੇ ਆ ਜਾਏ ਫਿਰ ਔਖਾ ਹੋ ਜਾਂਦਾ। ਇੱਕ ਅਸੀਂ ਵੀ ਉਦੋਂ ਕਿਸੇ ਕੰਮ ਕਾਜ ਚ ਨਹੀਂ ਲੱਗੇ, ਤੇ ਜਦੋਂ ਹਾਂ ਜੋ ਗੇਮ ਸ਼ੁਰੂ ਕੀਤੀ ਆ ਉਦੋਂ ਲੋਕ ਮੈਨੂੰ ਵਿੱਚ ਐਂ ਵੀ ਕਹਿੰਦੇ ਰਹੇ ਜਿਨ੍ਹਾਂ ਨੂੰ ਚਲੋ ਫੁੱਟਬਾਲ ਬਾਰੇ ਪਤਾ ਨਹੀਂ, ਸਾਡੇ ਇੱਥੇ ਬਹਿੰਦੇ ਅੱਡੇ ਉੱਡੇ ਤੇ ਜਾਂ ਕੋਈ ਵੀ, ਉਹ ਮੇਰੇ ਡੈਡੀ ਨੂੰ ਕਹਿੰਦੀ ਰਹੇ ਆ ਵੀ ਨਾ ਇਹਨੂੰ ਪੈਸੇ ਨਾ ਦੇ, ਇਹਨੇ ਕੁਛ ਨਹੀਂ ਕਰਨਾ ਤੇਰੇ ਪੈਸੇ ਖਰਾਬ ਕਰੀ ਜਾਂਦਾ। ਪਰ ਮੇਰਾ ਯਾਰ ਬਾਈ ਪਿਓ ਨੇ ਐਡਾ ਵੱਡਾ ਹੱਥ ਮੇਰੇ ਪਿਓ ਦਾ ਸਿਰ ਤੇ, ਮੇਰੇ ਮੰਮੀ ਦਾ ਮੇਰੇ ਪਿਓ ਦਾ, ਵੀ ਕੋਈ ਕਿਸੇ ਚੀਜ਼ ਦੀ ਕਮੀ ਨਹੀਂ ਆਉਣ ਦਿੱਤੀ ਅੱਜ ਤੱਕ। ਮੇਰਾ ਪਿਓ ਇਹ ਗੱਲ ਕਹਿੰਦਾ ਵੀ ਜਿਹੜੀ ਚੀਜ਼ ਜ਼ਰੂਰੀ ਆ, ਜਿਹੜੀ ਚੀਜ਼ ਤੇ ਮੰਨ ਲਾ ਆਪਣੀ ਖੇਡਣ ਵਾਲੀ ਹੈ, ਵੀ ਨਸ਼ੇ ਤੋਂ ਬਚੋ, ਕੁਛ ਗਲਤ ਖਾਣ ਪੀਣ ਤੋਂ ਬਚੋ, ਜਿਹੜੀਆਂ ਚੀਜ਼ਾਂ ਗਾ ਉਹ ਤੇ ਚਾਹੇ ਪੈਸਾ ਕਿੰਨਾ ਮਰਜ਼ੀ ਲੈ ਉਦੋਂ ਉਹਦੇ ਬਾਰੇ। ਮੈਂ ਬਾਈ ਆਪਣਾ ਇੰਨਾ ਡਾਊਨ ਸੀਗਾ ਕੰਮ, ਬਾਬੇ ਦੀ ਕਿਰਪਾ ਨਾਲ ਮੇਰੇ ਪਿਓ ਨੇ ਕਦੇ ਮੈਨੂੰ ਸਟੱਡ, ਆਪਾਂ ਨੂੰ ਚਲੋ ਆਪਣੇ ਬੰਦਿਆਂ ਨੂੰ ਪਤਾ ਹੀ ਹੈ ਸਾਰਿਆਂ ਨੂੰ ਵੀ ਆਪਾਂ ਸਟੱਡ ਸਟੁੱਡ ਸਾਰਾ ਕੁਛ, ਚਲੋ
ਉਸ ਟਾਈਮ ਤੇ ਜਦੋਂ ਸਟਾਰ ਪੈਕਟ ਤੇ ਮਸਾ ਜੁੜਦੀ ਉਦੋਂ ਵੀ ਬਈ ਪਿਓ ਨੇ ਨਾਇਕੀ ਦੇ ਬੂਟ ਲੈ ਕੇ ਦਿੰਦਾ ਰਿਹਾ ਵੀ ਹਾਂ ਤੂੰ ਖੇਡ ਕੋਈ ਚੱਕਰ ਨੀ ਹੈਗਾ ਕਿਸੇ ਗੱਲ ਦਾ ਕੋਈ ਪੈਸੇ ਵੱਲੋਂ ਹਾਂ ਹਾਂ ਬਾਪੂ ਦੇ ਸਿਰ ਤੇ ਯੂਨੀਵਰਸਿਟੀ ਲਾਈਫ ਵੀ ਦੇਖੀ ਆਪਾਂ ਦਲਵੀਰ ਕੌਰ ਸਾਹਿਬ ਕੋਲ ਬੈਠਾਂਗਾ ਖੇਡਾਂਗਾ ਮੈਂ ਆਪਣੇ ਇੱਕ ਹੁਣ ਚੋ ਰਾਜਾ ਕੌਰ ਸਾਹਿਬ ਵੀ ਉੱਥੇ ਆ ਆਪਣੇ ਪਟਿਆਲੇ ਉਹਨਾਂ ਨੇ ਅਸਲ ਚ ਤਾਂ ਆਪਾਂ ਨੂੰ ਉਹਨਾਂ ਨੇ ਰੋਟੀ ਜੋਗਾ ਕੀਤਾ ਉਹਨਾਂ ਨੇ ਹਾਂ ਪੰਜ ਛੇ ਸਾਲ ਸਬਰ ਰੱਖਿਆ ਚਲੋ ਉੱਥੇ ਹਾਂ ਸਹੀ ਗੱਲ ਆ ਹਾਂ ਤੂੰ ਆਪ ਵੀ ਇੱਕੋ ਦਮ ਹੀ ਗਿਆ ਨਾ ਬੰਦੇ ਨੇ ਕੋਈ ਸੋਚਦਾ ਵੀ ਨੀ ਫਿਰ ਹਾਂ ਸਾਰੀ ਪਾਸ ਪਹਿਲਾਂ ਫੈਮਿਲੀ ਬਾਰੇ ਫਿਰ ਤੇਰੇ ਖੇਡਾਂ ਬਾਰੇ ਪੈਣ ਜੁਠਿਆ ਤੇ ਅੱਜ ਕੱਲ ਤਾਂ ਬੰਬੀ ਦੀ ਕਿਰਪਾ ਹੀ ਹਾਂ ਹਾਂ ਬਈ ਜਮਾ ਰੱਬ ਦਾ ਹੱਥ ਤੇਰੇ ਸਾਹਮਣੇ ਆ ਯਾਰ ਘਰ ਵਾਰ ਆ ਘੋੜੇ ਘੋੜੀਆਂ ਰੱਖੀਆਂ ਥਾਂ ਬਗੜਿਆ ਵਾ ਵਧੀਆ ਚਲੋ ਤੈਨੂੰ ਪਤਾ ਰੱਬ ਆਹੀ ਹੁੰਦਾ ਯਾਰ ਪਲੇਅਰ ਬੰਦੇ ਨੂੰ ਵੀ ਆਪਣਾ ਚੱਲ ਪਿੱਛੇ ਘਰ ਸੌਖਾ ਹੋਵੇ ਕੋਈ ਟੈਨਸ਼ਨ ਨਾ ਹੋਵੇ ਖੇਡਦਿਆਂ ਨੂੰ ਹਨਾ ਹੁਣ ਆਪਾਂ ਆਉਣੇ ਜਾਂਦੇ ਹਾਂ ਜਾਈਦਾ ਵੀ ਉੱਥੋਂ ਖੁਸ਼ ਹੋ ਕੇ ਦਿੱਲੀ ਨੂੰ ਉਧਰੋਂ ਆਈਦਾ ਵੀ ਖੁਸ਼ ਹੋ ਕੇ ਆ ਪਤਾ ਹੈਗਾ ਵੀ ਸਾਰਾ ਕੁਛ ਵਧੀਆ ਬਾਬੇ ਦੀ ਕਿਰਪਾ ਨਾਲ ਹਾਂ ਹਾਂ ਬਸ ਸ਼ੌਂਕ ਹੀ ਪੂਰਾ ਆਪਾਂ ਖੇਡਣ ਵੀ ਸ਼ੌਂਕ ਨੂੰ ਜਾਂਦੇ ਹਾਂ ਯਾਰ ਆਪਾਂ ਨੂੰ ਕੋਈ ਪੈਸੇ ਢੇਲੇ ਦਾ ਨੀ ਹੈਗਾ ਵੀ ਆਪਾਂ ਕੋਈ ਆਪਾਂ ਬਸ ਜਿਹੜੇ ਆਪਣੇ ਯਾਰ ਦੋਸਤ ਆਪਣੇ ਵਰਤਦੇ ਆ ਉਹਨਾਂ ਬਦਲੇ ਖੇਡ ਕੇ ਖੁਸ਼ ਆਪਾਂ ਕੋਈ ਐਂ ਨੀ ਹੈਗਾ ਆਪਾਂ ਨੂੰ ਵੀ ਬਾਹਲੀ ਤਕੜੀ ਟੀਮ ਪੁੱਛੇ ਆਪਾਂ ਨੂੰ ਵੀ ਹਾਂ ਸਭ ਤੋਂ ਨੇੜੇ ਕਿਹੜਾ ਹੈ ਯਾਰ ਦੋਸਤ ਸਭ ਤੋਂ ਨੇੜੇ ਦਾ ਯਾਰ ਆਪਣੇ ਇੱਕ ਤਾਂ ਮੇਰਾ ਯਾਰ ਆ ਗੀਤਾ ਗੁਰਮੀਤ ਢਿੱਲੋਂ ਹਾਂ ਇਹ ਯਾਰ ਆਪਣਾ ਜਮਾਂ ਦਿਲ ਦੇ ਕਰੀਬ ਆ ਬੰਦੇ ਨੇ ਯਾਰ ਆਪਾਂ ਨੂੰ ਇਹੋ ਜਿਹੇ ਟਾਈਮ ਸਾਥ ਦਿੱਤਾ ਜਿਹਦੇ ਤੇ ਆਪਦਾ ਭਾਈ ਵੀ ਖੜ ਨੀ ਸਕਦਾ ਇਹੋ ਜਿਹੇ ਟਾਈਮ ਤੇ ਮੰਨ ਲਾ ਇੱਕ ਆਹ ਮੁੰਡਾ ਪ੍ਰਦੀਪ ਆਪਣੇ ਨਾਲ ਦਾ ਘਰ ਆ ਤੇ ਇਹਦਾ ਡੈਡੀ ਪ੍ਰਧਾਨ ਵੀ ਰਿਹਾ ਕਬੱਡੀ ਉਹਦਾ ਬਾਕੀ ਦੇਖ ਜਿਵੇਂ ਹੁਣ ਤੇਰੇ ਨਾਲ ਵੀ ਪਿਆਰ ਆਪਣਾ ਭਰਾਵਾਂ ਵਾਲਾ ਤੈਨੂੰ ਪਤਾ ਹੀ ਆ ਨਾ ਕੋਈ ਚੱਕਰ ਨੀ ਹੈਗਾ ਬਾਕੀ ਆਪਣੇ ਜਿਹੜੇ ਫੁੱਟਬਾਲ ਵਾਲਿਆ ਗੋਲਡੀ ਹੋ ਗਿਆ ਜੂਸਾ ਹੋ ਗਿਆ ਬਿੱਟੂ ਬਾਹਰ ਵੱਗ ਗਿਆ ਤੇ ਆਹ ਆਪਣਾ ਮੁੰਡਾ ਉਹਦਾ ਜੀ ਘੋੜਾ ਕਹਿੰਦੇ ਅਮਰਿੰਦਰ ਮਾਨ ਤੇ ਇਹ ਬੰਦਿਆਂ ਨਾਲ ਆਪਣੀ ਪੂਰੀ ਵਧੀਆ ਰਹੀ ਆ ਸੁੱਖ ਨਾਲ ਹਾਂ ਬਾਹਰੋਂ ਫਿਰ ਟੀਮਾਂ ਦੇ ਵਿੱਚ ਜੇ ਕੇ ਦੇਖੀਏ ਮੈਂ ਤੁਹਾਨੂੰ ਮਤਲਬ ਇੱਥੋਂ ਉੱਠ ਕੇ ਨਿਕਲੀ ਤੇ ਪਿੰਡ 'ਚ ਉੱਠ ਕੇ ਤੇ ਪੰਜਾਬ ਹਰਿਆਣਾ ਦਿੱਲੀ ਤੱਕ ਕੰਮ ਕੱਢੇ ਵਧੀਆ ਕੰਮ ਕੱਢੇ ਆ ਹਾਂ ਯਾਰ ਮਿੱਤਰ ਵੀ ਹੈਗਾ ਛੋਟਾ ਬਿੱਲਾ ਹੋ ਗਿਆ ਤੇ ਇਹ ਆਪਣੇ ਦੋਵੇਂ ਵਧੀਆ ਯਾਰ ਮਿੱਤਰ ਨੇ ਪੂਰੇ ਤੇ ਬੱਬੀ ਹੋ ਗਿਆ ਮਹਿਲਕਲਾਂ ਵਾਲਾ ਤੇ ਬਸ ਹੋਰ ਤੈਨੂੰ ਪਤਾ ਹੀ ਆ ਯਾਰ ਆਹ ਉਮਰ ਆਪਣੀ ਇਹੋ ਜਿਹੀ ਆ ਜਾਂਦੀ ਆ ਵੀ ਆਪਾਂ ਬਾਹਲਾ ਕਿਸੇ ਨਾਲ ਹਨਾ ਬੇਤੁਕਾ ਨੀ ਵਰਤਦੇ ਹੈਗੇ ਹਾਂ ਜਿਹੜੇ ਬੰਦੇ ਨਾਲ ਵਰਤਦੇ ਹਾਂ ਉਹ ਆਪਾਂ ਦਿਲ ਵੀ ਵਰਤਦੇ ਹਾਂ ਉਹਨਾਂ ਨੂੰ ਪਤਾ ਵੀ ਹਾਂ ਕੋਈ ਚੱਕਰ ਨੀ ਹੈਗਾ ਉਹਨਾਂ ਲਈ ਚਾਹੇ ਯਾਰ ਆਪਾਂ ਨੂੰ ਕੁਛ ਵੀ ਕਰਨਾ ਪਏ ਜੋ ਆਪਾਂ ਖੜੇ ਹਾਂ ਨਾਲ ਖੜੇ ਹਾਂ ਜਿਹਨੂੰ ਆਪਾਂ ਪਹਿਲਾਂ ਜਵਾਬ ਦਿੱਤਾ ਉਹਨੂੰ ਬਸ ਫਿਰ ਜਵਾਬ ਹੀ ਆ ਚਾਹੇ ਬਾਅਦ ਚੋਂ ਲਾਰੇ ਲਵਾਈ ਜਾਵੇ ਬੰਦਾ ਕੁਛ ਵੀ ਕਰੀ ਜਾਵੇ ਆਪਾਂ ਨੂੰ ਖੇਤੀ ਫਿਰ ਸਾਰੀ ਕਰਦੇ ਹੋ ਠੇਕੇ ਤੇ ਦਿੱਤੀ ਕੁਛ ਖੇਤੀ ਬਸ ਹਾਂ ਮੇਰਾ ਡੈਡੀ ਕਰਦਾ 7-8 ਕਿੱਲਿਆਂ ਦੀ ਹਾਂ ਖੇਤੀ ਕਰੀ ਜਾਂਦਾ ਵਧੀਆ ਤੇ ਹੁਣ ਮੇਰੇ ਡੈਡੀ ਦੇ ਮੈਂ ਤਾਂ ਤੁਸੀਂ ਵੀ ਦੋਨੇ ਭਾਈ ਛੱਟ ਹਾਂ ਹਾਂ ਮੈਂ ਤਾਂ ਮੇਰੇ ਪਿਓ ਨੂੰ ਬਾਪੂ ਨੂੰ ਕਿਹਾ ਵੀ ਆ ਵੀ ਤੁਸੀਂ ਰਹਿਣ ਦੋ ਕੰਮ ਕੁੰਮ ਕਰਨ ਨੂੰ ਨਾ ਥੋੜੇ ਗੁਰਦਿਆਂ ਗੁਰਦਿਆਂ ਤਕਲੀਫ ਹੁੰਦੀ ਆ ਤੇ ਬਾਕੀ ਮੱਝਾਂ ਮੁੱਝਾਂ ਦਾ ਕਰਾ ਦਿੰਦੇ ਆ ਉਹ ਫਿਰ ਕਹਿੰਦਾ ਵੀ ਪੁੱਤ ਹੁਣ ਸਾਰਾ ਕੁਛ ਚਲੋ ਹੋਈ ਜਾਂਦਾ ਰੱਬ ਦੀ ਕਿਰਪਾ ਨਾਲ ਵਧੀਆ ਲੈਣ ਤੇ ਆਈ ਵੀ ਆ ਗੱਡੀ ਵੀ ਚੱਲ ਮੈਂ ਨਾਲ ਕਰੀ ਜਾਊਂਗਾ ਉਹਨੂੰ ਫਿਰ ਐਂ ਹੋ ਜਾਂਦਾ ਨਾ ਜਿਵੇਂ ਕੋਈ ਬਿਮਾਰ ਬੰਦਾ ਹੁੰਦਾ ਜਿਵੇਂ ਆਪਾਂ ਕੰਮ ਤੋਂ ਰੋਕਾਂਗੇ ਉਹ ਫਿਰ ਜਮੀ ਬਹਿ ਜਾਂਦਾ ਜਾਂ ਕੁਛ ਆਪਾਂ ਖਾਣ ਪੀਣ ਤੋਂ ਰੋਕਾਂਗੇ ਬੰਦੇ ਨੂੰ ਜਾਂ ਕੁਛ ਫਿਰ ਬੰਦਾ ਜਮੀ ਆਪਾਂ ਦਾ ਯਾਰ ਬਈ
ਪੂਰੇ ਖੁਸ਼ ਹਾਂ ਵੀ ਆਪਣੇ ਮਾਂ ਪਿਓ ਇੰਨੇ ਵਧੀਆ ਨੇ, ਇੰਨੀ ਵਧੀਆ ਸਿੱਖਿਆ ਦਿੱਤੀ ਆ ਆਪਾਂ ਨੂੰ। ਇਹੀ ਸਿਖਾਇਆ ਵੀ ਕਿਸੇ ਨਾਲ ਬੇਈਮਾਨੀ ਨਹੀਂ ਕਰਨੀ, ਕਿਸੇ ਤੋਂ ਚੋਰੀ ਨਹੀਂ ਕਰਨੀ, ਜਿਹੜੀ ਬੰਦੇ ਨਾਲ ਸੱਚ ਬੋਲਣਾ ਅਗਲੇ ਨੂੰ ਵੀ ਕਿਸੇ ਨੂੰ ਐਂ ਝੂਠ ਸਮਾਨ ਕਹਿ ਕੇ ਪਿੱਛੇ ਨਹੀਂ ਲਾਉਣਾ ਹੈਗਾ ਆਪਦੇ, ਵੀ ਹਾਂ ਵੀ ਐਂ ਕਰ ਦਾਂਗੇ ਆਪਾਂ, ਐਂ ਕਰ ਦਾਂ ਵੀ ਨਾਲ ਆਏ ਆਪਣੇ। ਹਾਂ ਠੀਕ ਆ ਬਾਈ, ਹਾਂ ਚਾਹ ਮੰਮੀ ਲੈ ਚਾਹ ਬਾਗੜੀ ਵੀ ਆਪਣੇ ਮਨ ਲਾ ਤੂੰ ਯਾਰਾਂ ਮਿੱਤਰਾਂ ਚ ਆਉਂਦਾ ਪੂਰਾ। ਚਲੋ ਕਈ ਵਾਰ ਮੇਨ ਬੰਦੇ ਉਹਨੇ ਆਪਾਂ ਨੂੰ ਯਾਰ ਬਣਾਉਣ ਚ ਉਹਦਾ 80% ਹੱਥ ਉਹਦਾ ਗਾ, ਆਪਾਂ ਨੂੰ ਗਾਈਡ ਕੀਤਾ ਹੈ, ਚੰਗੀ ਸਿੱਖਿਆ ਦਿੱਤੀ। ਬਾਕੀ ਉਦੋਂ ਆਪਾਂ ਤੈਨੂੰ ਮੈਂ ਦੱਸਾਂ, ਮੈਂ ਇਹੋ ਜਿਹੇ ਘਰੋਂ ਉੱਠਿਆ ਜਮਾਂ ਗਰੀਬੀ ਚੋਂ, ਵੀ ਮੈਂ ਕੁਰਤਾ ਪਜਾਮਾ ਬਾਕੀ ਖੇਡਦਾ ਰਿਹਾ ਜੇ ਉੱਥੇ ਬਾਬਾ ਕਹਿੰਦਾ ਸ਼ੁਰੂ ਕੀਤਾ ਨਾ, ਕੁਰਤਾ ਪਜਾਮਾ ਹੀ ਖੇਡਦਾ ਰਿਹਾ। ਤੇ ਮੈਂ ਮੰਨ ਲਾ ਤੂੰ ਗੱਲਾਂ ਬਾਅਦ ਚ ਕਰਾਂਗੇ, ਫੈਮਿਲੀ ਦੀ ਆਪਦੇ ਕੋਈ ਯਾਰਾਂ ਮਿੱਤਰਾਂ ਦੀ ਕੋਈ ਹੋਰ ਕਿੱਸਾ, ਕੋਈ ਯਾਰੀ ਦੋਸਤੀ ਦਾ ਸ਼ਰਾਰਤੀ ਹੋਏਗਾ ਛੋਟਾ ਹੁੰਦਾ। ਹਾਂ ਸ਼ਰਾਰਤਾਂ ਬਥੇਰੀਆਂ ਕੀਤੀਆਂ ਬਾਈ, ਕੋਈ ਇਹੀ ਸ਼ਰਾਰਤ ਜਿਹੜੀ ਯਾਦ ਹੋ ਗਿਆ ਜੀ? ਸ਼ਰਾਰਤ ਆਪਾਂ ਏਦਾਂ ਦੀਆਂ ਕੀਤੀਆਂ ਜਿਹੜੀਆਂ ਬੰਦਾ ਸਹਾਰ ਵੀ ਸਕੇ, ਐ ਨਜਾਇਜ਼ ਨੀ ਕੀਤੀ ਹੈਗੀ। ਹਾਂ ਹੁਣ ਆਪਣੇ ਇੱਥੇ ਸਰਪੰਚ ਸਾਹਿਬ ਦਾ ਖੇਤ, ਇੱਥੋਂ ਮਰੂਦ ਮੁਰਾਦ ਬਥੇਰੇ ਲਿਆਉਂਦੇ ਰਹੇ ਨੇ ਤੋੜ ਕੇ। ਹਾਂ ਉਹ ਟਾਈਮ ਬਹੁਤ ਵਧੀਆ ਸੀ ਯਾਰ, ਸਾਈਕਲ ਲੈ ਕੇ ਜਿਹੜਾ ਆਪਣਾ ਸਾਈਕਲ ਵਾਲਾ ਟਾਇਰ ਹੁੰਦਾ, ਅਸੀਂ ਇੱਕ ਮੁੰਡਾ ਚਲੋ ਬਾਹਰ ਵੱਗ ਗਿਆ ਆਪਣਾ ਨੁਕਰਾ ਆਉਂਦਾ ਨਾ ਮੁੰਡੇ ਦਾ, ਹੁਣ ਯਾਦਵਿੰਦਰ ਆ ਹੁਣ ਨੁਕਰਾ ਕਹਿੰਦਾ ਮੈਂ ਆਪਣਾ ਯਾਰ ਮਿੱਤਰੀ ਆ, ਤੇ ਇੰਗਲੈਂਡ ਵੱਗ ਗਿਆ ਘੋੜਾ ਨੀ ਨੁਕਰਾ ਗਾ ਇੱਕ ਮੁੰਡਾ ਇੱਥੋਂ ਢਿੱਲੋਂ ਹੀ ਉਹ ਵੀ, ਤੇ ਉਹ ਵੱਗ ਗਿਆ ਬਾਹਰ। ਅਸੀਂ ਇੱਕੋ ਦਾ ਮੁੰਡਾ ਮਹੰਤਾ ਹੁੰਦਾ ਸੀ ਭਰਾ ਇੱਕ, ਜਿਹੜਾ ਮੇਰੇ ਚਾਚੇ ਦਾ ਮੁੰਡਾ ਆਮਣਾ ਬਾਹਰ ਗਿਆ ਗਾ, ਉਹ ਚਾਰ ਸਾਡੀ ਚਾਰਾਂ ਦੀ ਮਤਲਬ ਦੋਸਤੀ ਪੱਕੀ ਸੀਗੀ। ਤੇ ਅਸੀਂ ਸਾਈਕਲ ਦੇ ਟਾਇਰ ਲੈ ਕੇ ਉਦੋਂ ਆ ਵੀ ਸੜਕ ਬਣੀ ਬਣੀ ਸੀਗੀ, ਆਪਣਾ ਜਿਹੜਾ ਵੱਡਾ ਟੋਭਾ ਗਾ ਇਹ ਵੀ ਮਤਲਬ ਟੋਏ ਪੱਟੇ ਵਿੱਚ ਵੱਡੇ ਵੱਡੇ, ਅਸੀਂ ਇੱਥੋਂ ਨਾਈਵਾਲ ਜਾਣਾ ਟਾਇਰ ਭਜਾ ਭਜਾ ਕੇ ਦੱਕਿਆ ਨਾ, ਉਦੋਂ ਯਾਰ ਬਚਪਨ ਹੀ ਇੰਨਾ ਸੋਹਣਾ ਹੁੰਦਾ ਸਾਨੂੰ ਪਤਾ ਨੀ, ਸਾਰਾ ਦਿਨ ਨਹੀਂ ਦਮ ਚੜਦਾ ਬਸ ਉਦੋਂ ਦਾ ਹੀ ਰੱਬ ਨੇ। ਪਰ ਇੱਕ ਗੱਲ ਰਾਜਦੀਪ, ਉਹ ਪਨੀਰ ਜੇ ਆਪਾਂ ਆਪਣੇ ਵਾਲਾ ਟਾਈਮ ਦੇਖੀਏ, ਅੱਜ ਵਾਲੇ ਜਵਾਕਾਂ ਦਾ ਟਾਈਮ ਦੇਖੀਏ, ਕਿਸੇ ਦਾ ਭਾਨ ਉਹ ਟਾਇਰ ਜੇ ਬਣਾ ਕੇ ਭਜਾਉਣਾ, ਉਹ ਜਾਂ ਐਕਸਰਸਾਈਜ਼ ਇੱਕ ਤਰ੍ਹਾਂ ਦੀ, ਹਾਂ ਜਾਂ ਹੋਰ ਹੋ ਗਏ ਜਾਂਦੇ ਕੋਟਲਾ ਸਪਾਕੀ ਲਾ ਉਹ ਰੂਪਾ ਘੋੜੀ, ਅੱਜ ਕੱਲ੍ਹ ਤਾਂ ਆਪਾਂ ਮੋਬਾਈਲਾਂ 'ਚ ਨਹੀਂ ਟਾਈਮ ਨਿਕਲਦਾ ਜਵਾਕ, ਨਹੀਂ ਨਿਕਲਦਾ ਬਾਈ ਨਹੀਂ ਨਿਕਲਦਾ। ਮੈਂ ਆਪਦੀ ਗੱਲ ਦੱਸਦਾ ਬਾਈ ਤੈਨੂੰ, ਮੈਂ ਬੱਚੀ ਹੋਣ ਤੋਂ ਪਹਿਲਾਂ ਚਲੋ ਰੱਬ ਨੇ ਆਪਾਂ ਨੂੰ ਧੀ ਦੀ ਦਾਤ ਬਖਸ਼ੀ ਆ, ਤੇ ਜਵਾਕ ਹੋਣ ਤੋਂ ਬਾਅਦ ਬਾਈ ਮੈਂ ਜੋ ਚੀਜ਼ਾਂ, ਚਲੋ ਬੰਦਾ ਹੌਲੀ ਹੌਲੀ ਮੈਚੋਰ ਹੁੰਦਾ, ਮੈਂ ਬਾਅਦ ਚੀਜ਼ਾਂ ਸਿੱਖੀਆਂ ਜਦੋਂ ਕੋਲ ਪਈ ਹੋਇਆ ਕਰੇ, ਮੈਂ ਯਾਰ ਫੋਨ ਤੇ ਲੱਗ ਜਾ ਕਰਾਂ, ਮੈਂ ਬਾਅਦ ਚੋਂ ਸੋਚਿਆ ਵੀ ਯਾਰ ਇਹ ਤਾਂ ਕੰਮ ਗਲਤ ਹੋ ਜੂਗਾ, ਹੈ ਵੀ ਇਹਦਾ ਕੰਮ ਗਲਤ ਹੋ ਜੂ, ਵੀ ਜੇ ਮੈਂ ਇਹਦੇ ਮੂਹਰੇ ਫੋਨ ਚਲਾਊਂਗਾ ਤਾਂ ਇਹ ਤਾਂ ਕੱਲ ਨੂੰ ਮੰਗੂਗੀ ਫੋਨ। ਤੇ ਫਿਰ ਮੈਂ ਚਲੋ ਬਾਈ ਆਦਤ ਬਦਲੀ ਆ ਹੁਣ ਆਪਦੀ ਥੋੜੀ, ਚਲੋ ਜਦੋਂ ਮੈਂ ਇਕੱਲਾ ਹੁੰਦਾ ਉਹਦੇ ਨਾਲ ਜਵਾਕ ਦੀ ਨਾਲ ਕੋਲੇ ਬਿਠਾ ਕੇ ਖੇਡੀ ਦਾ ਜਮਾਂ ਕਿਤਾਬ ਪੜ੍ਹਦਾ, ਹੁਣ ਮੈਨੂੰ ਥੋੜਾ ਜਿਹਾ ਪੈ ਗਿਆ ਵਧੀਆ ਸ਼ੌਂਕ ਕਿਤਾਬਾਂ ਪੜ੍ਹਨ ਦਾ। ਹਾਂ ਮੈਂ ਫੋਨ ਦਾ ਥੋੜਾ ਜਿਹਾ ਘਟਾਤਾ ਇੰਸਟਾ ਇੰਸਟਾਗ੍ਰਾਮ ਦਾ, ਕਿਤਾਬਾਂ ਤੁਹਾਡਾ ਬੋਲਦੀ ਬਹੁਤ ਪੜ੍ਹਦਾ। ਹਾਂ ਬਾਈ ਉਹਨੂੰ ਬਹੁਤ ਨੌਲੇਜ ਆ ਬੰਦੇ ਨੂੰ, ਹਾਂ ਨੌ ਯਾਰ ਕਿਤਾਬ ਮੈਂ ਇੱਕ ਕਿਤਾਬ ਤੁਹਾਡੀ ਪੜ੍ਹੀ ਆ ਬਾਈ, ਉਹ ਚੀਜ਼ ਨੇ ਮੰਨ ਲਾ ਮੈਨੂੰ ਇੰਨਾ, ਹੁਣ ਮੈਂ ਜਮਾਨ ਫਿੱਟ ਹੋ ਗਿਆ ਸੀ ਪਿੱਛੇ ਜੇ ਗਿੱਟਾ ਮੁੜ ਗਿਆ ਸੀਗਾ ਦਿੱਲੀ ਲੀਗ 'ਚ, ਉਹ ਕਿਤਾਬ ਨੇ ਆਪਾਂ ਨੂੰ ਇੰਨਾ ਪ੍ਰੇਰਿਤ ਕੀਤਾ ਵੀ ਆਪਾਂ ਦੁਬਾਰੇ, ਮੈਂ ਹੁਣ ਜਿੰਮ ਜੁੰਮ ਲਾਈ ਆ ਵਧੀਆ, ਚਲੋ ਪ੍ਰੈਕਟਿਸ ਕੀਤੀ ਹੈ ਜਿਹੜੀ ਆਪਾਂ ਕਰਦੇ ਹਾਂ, ਹਰੇਕ ਪਲੇਅਰ ਨੂੰ ਕਰਨੀ ਵੀ ਚਾਹੀਦੀ ਆ ਅਤੇ ਕਰਦਾ ਹੀ ਅਗਲਾ ਫਿੱਟ ਹੋਣ ਨੂੰ, ਹੈ ਨਾ ਆਪਾਂ ਤਾਂ ਇੱਕ ਦੱਸਣ ਦੀ ਗੱਲ ਕਰਦੇ ਹਾਂ। ਅਤੇ ਮੰਨ ਲਾ ਕਿਤਾਬਾਂ ਨਾਲ ਬਹੁਤ ਫਰਕ ਪੈਂਦਾ ਯਾਰ, ਮਾਨਸਿਕ
ਤੌਰ ਤੇ ਬੰਦਾ ਬਹੁਤ ਸਟਰੋਂਗ ਹੁੰਦਾ ਗਾ, ਚੀਜ਼ਾਂ ਬਾਰੇ ਪਤਾ ਲੱਗਦਾ ਵਾ। ਆਪਾਂ ਜਿਹੜੀ ਉੱਚੀ ਸੋਚਦੇ ਹਾਂ ਹੁੰਦੀ ਹੋਰ ਆ, ਜੋ ਕਿਤਾਬ ਚ ਤੈਨੂੰ ਉਹ ਚੀਜ਼ ਬਾਰੇ ਪੜ੍ਹੇਗਾ ਉਹ ਹੋਰ ਚੀਜ਼ ਹੋਊ। ਤੂੰ ਕਹੇਗਾ ਵੀ ਹਾਂ ਵੀ ਯਾਰ ਆਹ ਗੱਲ ਐ, ਆਪਾਂ ਤਾਂ ਹੋਰ ਹੀ ਕੁਛ ਬਣਾਈ ਗਏ ਆ। ਬਦਲਦੀਆਂ ਬਈ ਬਹੁਤ ਚੀਜ਼ਾਂ, ਆਪਾਂ ਹੁਣ ਚਲੋ ਸੁਣਦੇ ਆ, ਬਹੁਤ ਪੜ੍ਹਨੀਆਂ ਵੀ ਚਾਹੀਦੀਆਂ ਯਾਰ। ਹਾਂ ਹਾਂ ਬਈ, ਸਿਆਲਾਂ ਤਾਂ ਆਪਾਂ ਯਾਰ, ਸਿਆਲ ਹੋਵੇ ਗਰਮੀ ਹੋਵੇ ਜਦੋਂ ਵੀ ਆਪਾਂ ਚੱਲ ਖੇਡਣ ਤੀ ਆ, 12 ਮਹੀਨੇ ਮੈਂ 30 ਦਿਨ ਖੇਡਣ ਤੀ ਆ। ਠੀਕ ਆ, ਤੇ ਹੁਣ ਫਿਰ ਚੱਲਦੀ ਆ ਤਿਆਰੀ? ਹਾਂ ਹਾਂ ਬਈ, ਹੁਣ ਕਰੀ ਦੀ ਆ ਪ੍ਰੈਕਟਿਸ, ਹੁਣ ਦਿੱਲੀ ਕਰਦੇ ਆ ਬਈ ਪ੍ਰੈਕਟਿਸ। ਚਲੋ ਉਹ ਤਾਂ ਸਵੇਰ ਤੱਕ ਟੀਮ ਦੇ ਨਾਲ ਹੁੰਦੀ ਹੁੰਦੀ ਆ, ਸ਼ਾਮ ਨੂੰ ਚਲੋ ਮੈਂ ਜਿਮ ਚ ਆਪਦਾ ਵੀ ਕਰਦਾਂਗਾ ਹੁਣ ਵੀ। ਚਲ ਫਿਰ ਪਿੰਡ ਦੇ ਮੈਚ, ਇੱਕ ਬਸ ਦਿੱਲੀ ਦੇ ਮੈਚ ਚੱਲਦੇ ਆ, ਫੇਰ ਪਿੰਡ ਦਾ ਮੈਚ ਆ ਦੂਰ ਜੇ ਵੀ ਭਾਈ ਰਾਜਦੀਪ ਆ ਜਾ। ਆਉਂਦੇ ਰਹੇ ਆ ਬਈ, ਅੜਿਆ ਗੱਡਾ ਕੱਢਣਾ ਪੈਣਾ, ਮੈਂ ਕਹਿਣਾ ਹੁੰਦਾ ਰਾਜੀ, ਚਲੋ ਅੜਿਆ ਗੱਡਾ, ਚਲ ਆਪਾਂ ਨਹੀਂ ਕਹਿੰਦੇ ਵੀ ਆਪਾਂ ਕਰ ਲੈਣਾ ਕਰ ਦਿੰਦੇ ਆ, ਪਰ ਆਈ ਦਾ ਆਪਾਂ ਤੇ ਕਈ ਟੂਰਨਾਮੈਂਟ ਆਪਾਂ ਵੀ ਕਹਿ ਕੇ ਵੀ ਮੰਨ ਲਾ ਤੂੰ ਜਿੱਤੇ ਪਿਆ ਵੀ ਮੁੰਡੇ ਪਿੰਡ ਦੇ, ਚਲੋ ਯਾਰ ਆਪਦੇ ਪਲੇਅਰ ਤੇ ਯਕੀਨ ਹੁੰਦਾ ਹੀ ਆ। ਹੁਣ ਸਾਡੇ ਪਿੰਡ ਦਿਆਂ ਨੂੰ ਜਦੋਂ ਮੈਂ ਖੇਡਦਾ ਗਾ, ਚਲੋ ਆਪਾਂ ਨਹੀਂ ਕਹਿੰਦੇ ਵੀ ਆਪਾਂ ਮੈਂ ਬਾਹਲਾ ਤਕੜਾ, ਪਰ ਜਵਾਕਾਂ ਦਾ ਕੌਨਫੀਡੈਂਸ ਇੰਨਾ ਵੱਧ ਜਾਂਦਾ, ਫੁੱਲ ਜ਼ੋਰ ਲਾਉਂਦੇ ਬਈ ਸੀਨੀਅਰ ਪਲੇਅਰ। ਹਾਂ ਸੀਨੀਅਰ ਫਰਕ ਪੈਂਦਾ, ਹੁਣ ਜਦੋਂ ਅਸੀਂ ਖੇਡਦੇ ਹੁੰਦੇ ਸੀਗੇ ਛੋਟੇ ਹੁੰਦੇ, ਜੂਨੀਅਰ ਹੁੰਦੇ, ਜਦੋਂ ਹੁਣ ਬਾਗੜੀ ਖੇਡਦਾ ਸੀਗਾ ਤੇ ਆਪਣਾ ਹਰਮਨ ਹੋ ਗਿਆ, ਗੀਤਾ ਹੋ ਗਿਆ ਤੇ ਨਾਗ ਹੋ ਗਿਆ, ਤੇ ਇਹ ਜਿਹੜੇ ਸੀਨੀਅਰ ਸੀਗੇ, ਇੱਕ ਮੁੰਡਾ ਬਲਤੇਜ ਸੀ, ਇਹਨੇ ਬਹੁਤ ਪ੍ਰੈਕਟਿਸ ਕੀਤੀ ਤੇ ਬਹੁਤ ਘੈਂਟ ਸ਼ੂਟ ਸੀ ਬਲਤੇਜ ਮੁੰਡਾ, ਹੁਣ ਅਮਰੀਕਾ ਅਮਰੀਕਾ ਵੱਜ ਗਿਆ, USA ਸੈਟਲ ਹੋ ਗਿਆ, ਉਹ ਰੰਦਾ ਵਿਆਹ ਗੋਲਡੀ ਦੇ ਟਾਈ ਦਾ ਮੁੰਡਾ ਹੀ ਆ, ਗੋਲਡੀ ਕਹਿ ਚੋ। ਹਾਂ ਹੁਣ ਫਿਰ ਕਿੰਨੇ ਆਏ ਨੇ ਗਰਾਊਂਡ 'ਚ? ਹੁਣ ਪਲੇਅਰ ਆਉਂਦੇ ਆ ਵਧੀਆ, ਹੁਣ ਤਾਂ ਆਪਾਂ ਵੱਡਿਆਂ ਦਾ ਤਾਂ ਕੋਈ ਇੰਨਾ ਉਹ ਵੀ ਹੈ ਨਹੀਂ, ਹੈ ਵੀ ਨਹੀਂ ਆਪਾਂ ਨੂੰ, ਇੱਕਦਮ ਬਾਹਰੇ ਟੁੱਟ ਗਿਆ ਨਾ, ਜਿਵੇਂ ਬਾਹਰ ਦਾ ਤੈਨੂੰ ਪਤਾ ਇਹਦਾ ਸਾਰਾ ਪੰਜਾਬ ਖਾਲੀ ਕਰਤਾ, ਇਹ ਤਾਂ ਫਿਰ ਵੀ ਸਾਡਾ ਪਿੰਡ ਆ। ਕੀ ਜਨਰੇਟਰ ਕਹਿੰਦੇ ਜੀ? ਹਾਂ ਜਨਰੇਟਰ ਵਗ ਗਿਆ, ਹਰਮਨ ਬਾ ਪੁਰਾਣੇ ਬੰਦੇ ਵਗ ਗਏ ਨਾ, ਜਿਹੜੇ ਮੁੰਡੇ ਜੁੜਾ ਥਾਏ ਛੋੜੇ ਪੰਜਾਬ ਨੇ, ਆਹੋ ਜੋਤ ਜੋਤ ਵਗ ਗਿਆ, ਪੰਜ ਛੇ ਮੁੰਡੇ ਵਗ ਗਏ ਤੇ ਬਾਕੀ ਇੱਕ ਦੋ ਦੇ ਮਲਾ ਗੋਡੇ ਗੋਡੇ ਦਾ ਹੋ ਗਿਆ ਨਾ। ਹਾਂ ਜੂਸੇ ਦੇ, ਹੁਣ ਜੂਸੇ ਨਾਲ ਬਹੁਤ ਫਰਕ ਪੈਂਦਾ ਟੀਮ 'ਚ, ਉਹਦੇ ਵੀ ਚਲੋ ਹੱਟ ਵੱਜੀ ਵੀ ਆ, ਮੁੰਡਾ ਹੋਰ ਉਹਦਾ ਵੀ ਗੋਡਾ ਹੀ ਆ, ਇਮੋ ਇਮੋ ਇੱਕ ਆ, ਦੂਜਾ ਆਪਾਂ ਹਰਵਿੰਦਰ ਹਰਵਿੰਦਰ ਹਾਂ ਢਿੱਲੋਂ, ਉਹਦਾ ਹੀ ਪਿਆਰ ਨਾਲ ਤਾਂ ਉਹਨੂੰ ਬੋੜੂ ਕਹਿੰਦੇ ਆ। ਹਾਂ ਕਿ ਜੱਸਾ ਕੀ ਆ, ਜੱਸੇ ਦਾ ਨਾਮ ਹੁੰਦਾ ਲਵੀ ਨਾ, ਨਾ ਇੱਕ ਜੱਸੇ ਦੇ ਨਾਲ ਦੂਜਾ ਮੁੰਡਾ ਹੁੰਦਾ ਹੈਗਾ, ਹਾਫ ਹੀ ਖੇਡਦਾ ਹੁੰਦਾ, ਹਟ ਗਿਆ ਖੇਡਣ ਉਹ, ਜੂਸਾ ਹੀ ਆ ਉਹ, ਜੂਸਾ ਦਾ ਇੱਕ ਹੋਰ ਆ, ਹੋਰ ਮੁੰਡਾ ਕਿਹੜਾ ਆ ਆਪ ਨੂੰ, ਜੱਸਾ ਨਹੀਂ ਕੜਸਾ ਕਹਿੰਦੇ ਤੁਮਨੇ, ਕੀ ਕੜਸਾ ਹੀ ਉਹ ਤਾਂ ਖੇਡਦਾ। ਹਾਂ ਉਹ ਫਿਰ ਬਾਈ ਪਤਾ ਕੀ ਆ, ਉਹਦੇ ਡੈਡੀ ਦੀ ਚਲੋ ਰੱਬ ਨੇ ਮਾੜਾ ਕੰਮ ਕਰਤਾ, ਉਹਦੇ ਡੈਡੀ ਦੀ ਪਿੱਛੇ ਡੈਥ ਹੋ ਗਈ, ਥੋੜਾ ਜਿਹਾ ਉਹਦੇ ਤੇ ਲੋਡ ਵਾਲਾ ਬਾਈ ਕੰਮ ਦਾ। ਹਾਂ ਉਹ ਜ਼ਿੰਮੇਵਾਰ ਹੁਣ ਘਰੇ ਆ, ਇਕੱਲਾ ਹੀ ਆ ਯਾਰ, ਉਹਦੀ ਮੰਮੀ ਵੀ ਥੋੜੀ ਬਿਮਾਰ ਰਹਿੰਦੇ ਨੇ, ਤੇ ਉਹ ਬੰਦਾ ਯਾਰ ਫਿਰ ਵੀ ਚਲੋ ਟੀਮ ਲਈ ਟਾਈਮ ਕੱਢਦਾ, ਉਹ ਬਹੁਤ ਚੰਗਾ ਯਾਰ ਆਪਣੇ ਟੀਮ ਲਈ, ਚਾਹੇ ਉਹ ਚਲੋ ਕਈ ਵਾਰ ਪਹਿਲੇ ਦਿਨ ਉਹ ਤੋਂ ਨਹੀਂ ਜਾਇਆ ਜਾਂਦਾ, ਪਰ ਉਹ ਦੂਜੇ ਦਿਨ ਆਪਦਾ ਜਾਂਦੇ ਜਾਂਦਾ, ਆਪਣੇ ਸਾਰੇ ਪਲੇਅਰ ਹੀ ਇਹੋ ਜਿਹਾ, ਕੋਈ ਜਵਾਬ ਦੇ ਕਹਿ ਨਹੀਂ ਹੈਗਾ ਵੀ ਕੋਈ ਦੂਜਾ ਖਿੱਚ ਦੂਗਾ, ਜਿਵੇਂ ਕਈ ਪਿੰਡਾਂ 'ਚ ਇਕੱਠੇ ਕੁੱਠੇ ਕਰਨੇ ਪੈਂਦੇ ਆ, ਆਪਣੇ ਸਾਰੇ ਮੈਸੇਜ ਪਾ ਦੀਦਾ ਵੀ ਸਾਰੇ ਆਪਾਂ ਜਿੱਥੇ ਮਹੰਤਾਂ ਦੀ ਖੇਲ 'ਤੇ ਉੱਥੇ ਖੇਲ ਖੋਲ ਆਏ ਹਨ, ਉੱਥੇ ਸਾਰੇ ਇਕੱਠੇ ਹੋ ਜਾਂਦੇ ਮੁੰਡੇ, ਅੱਜ ਵੀ ਜਵਾਕ ਗਏ ਆ ਖੇਡਣ, ਅੱਜ ਵੀ ਅੰਡਰ ਦਾ ਟੂਰਨਾਮੈਂਟ ਗਏ ਆ ਖੇਡਣ, ਖੁਸ਼ੀ ਤਾਂ ਬਹੁਤ ਹੋਈ ਆ। ਹਾਂ ਬਾਈ ਪਿੰਡ ਪੱਧਰ ਦੇ, ਤੈਨੂੰ ਮੈਂ ਬਾਈ ਪਹਿਲਾਂ ਵੀ ਦੱਸਿਆ ਆਪਾਂ ਇਹੋ ਜਿਹੇ ਚੀਜ਼ ਤੋਂ ਉੱਠਿਆ, ਮੈਂ ਇੱਥੇ ਤੱਕ ਇਹ ਸੋਚਿਆ ਨਹੀਂ ਸੀ ਵੀ ਮੈਂ ਗੇਮ ਫੁੱਟਬਾਲ ਖੇਡਦਾਂਗਾ ਮੂਹਰੇ,
ਮੈਨੂੰ ਨੌਕਰੀ ਮਿਲ ਜੂਗੀ ਹਨਾ, ਚਲੋ ਵੀ ਘਰ ਬਾਰ ਵਧੀਆ ਬਣ ਜੂ, ਚਲੋ ਘਰ ਵਾਲੀ ਵਧੀਆ ਮਿਲ ਜੂਗੀ ਤੇ ਆਪਣੇ ਭਰਾ ਸੈੱਟ ਹੋ ਜਾਣਗੇ। ਇੰਨਾ ਕੋਸ਼ਿਸ਼ ਤਾਂ ਇਹੀ ਸੀਗੀ ਵੀ ਇਹੋ ਜਿਹਾ ਕੁਛ ਕਰੀਏ, ਬੰਦਾ ਸਟਰਗਲ ਤਾਂ ਕਰਦਾ ਹੈਗਾ, ਸਟਰਗਲ ਬਈ ਹਾਂ ਪਰਮਾਤਮਾ ਨੇ ਫੜਨੀ ਆ। ਤੁਸੀਂ ਯਾਰ ਨੀਵੇਂ ਹੋ ਕੇ ਮਿਹਨਤ ਕਰੀ ਜਾਓ, ਅੱਖਾਂ ਬੰਦ ਕਰਕੇ ਮਿਹਨਤ ਜਾਣਾ ਕੋਈ ਕਿਹਾ ਜਾਂਦਾ ਨੀਵੇਂ ਹੋ ਕੇ ਮਿਹਨਤ ਕਰੀ ਕਾਮਯਾਬੀ ਆ, ਹਾਂ ਆਪ ਆਉਂਦੀ ਆ ਬਈ। ਤੇ ਅੱਜ ਮੈਨੂੰ ਬਹੁਤ ਖੁਸ਼ੀ ਹੁੰਦੀ ਆ ਯਾਰ ਜਦੋਂ ਆਪਣੇ ਭਰਾ ਬੋਲਦੇ ਹੋ ਤੁਸੀਂ ਜਾਂ ਨਾ ਬੋਲਦੇ ਹੋ ਯਾਰ, ਹਨਾ ਆਪਣੇ ਜਿਵੇਂ ਪਿੰਡ ਟੂਰਨਾਮੈਂਟ ਹੀ ਬੋਲਦੇ ਉੱਥੇ ਪਤਾ ਲੱਗਦਾ ਵੀ ਹਾਂ ਇੱਥੋਂ ਐਂ ਉੱਠਿਆ ਗਾ ਮੁੰਡਾ, ਚਲੋ ਆਪਣੇ ਪਿੰਡ ਦਾ ਫਿਰ ਵੀ ਪਤਾ ਹੀ ਆ, ਐਂ ਆਪਣਾ ਜੋਸ਼ ਜਿਹਾ ਜਾਗਦਾ ਯਾਰ ਖੇਡਣ ਪ੍ਰਤੀ ਵੀ ਹਾਂ ਆਪਾਂ ਯਾਰ ਚੰਗਾ, ਐਂ ਮਤਲਬ ਆਪਦੇ ਮਨ ਨੂੰ ਚੰਗਾ ਲੱਗਦਾ ਯਾਰ ਵੀ ਤੂੰ ਬਹੁਤ ਵਧੀਆ ਰਿਹਾ ਵੀ ਤੂੰ ਗੇਮ 'ਚ ਨਹੀਂ, ਆਪਾਂ ਨੂੰ ਯਾਰ ਗੇਮ ਨਹੀਂ ਦਿੱਤਾ ਸਾਰਾ ਕੁਛ ਬਈ, ਤੇ ਆਪਾਂ ਨੂੰ ਮਤਲਬ ਆਪਾਂ ਗੇਮ ਨੂੰ ਵੀ ਟਾਈਮ ਦਿੱਤਾ ਤਾਂ ਗੇਮ ਆਪਾਂ ਨੂੰ ਵੀ ਬਹੁਤ ਕੁਛ ਦਿੱਤਾ, ਟਾਈਮ ਦੇਣਾ ਪੈਂਦਾ। ਧੰਨੇ ਭਗਤ ਨੇ ਕਹਿੰਦੇ ਪੱਥਰਾਂ ਚ ਰੱਬ ਭਾਲ ਲਿਆ ਸੀਗਾ, ਹਾਂ ਤੇ ਜਦੋਂ ਆਪਾਂ ਗਰਾਊਂਡ ਨੂੰ ਆਪਾਂ ਸਤਿਕਾਰ, ਵਿਸ਼ਵਾਸ ਸੀ ਉਹਦਾ, ਹਾਂ ਵਿਸ਼ਵਾਸ ਸੀ ਉਹਦਾ, ਆਪਾਂ ਗਰਾਊਂਡ ਨੂੰ ਸਤਿਕਾਰ ਦਿੰਦੇ ਆ, ਉਹਦੇ ਚ ਆਪਾਂ ਮਿਹਨਤ ਕਰਦੇ ਆ, ਗੱਡ ਗੋਡੇ ਰਗੜਾਉਂਦੇ ਆ, ਤੇ ਫਿਰ ਕਿਤੇ ਨਾ ਕਿਤੇ ਆ ਕੇ ਉਹ ਵੀ ਆਪਣਾ ਰੱਬ ਹੀ ਆ। ਹਾਂ ਬਾਈ ਰੱਬ ਦੇਖਦਾ ਗਾ ਜੇ ਕੋਈ ਚੰਗਾ ਕੰਮ ਕਰਦੇ ਹੋ, ਜੇ ਕੋਈ ਮਾੜਾ ਕਰਦੇ ਹੋ ਉਹਦਾ ਨਤੀਜਾ ਵੀ ਤੁਹਾਨੂੰ ਇੱਥੇ ਮਿਲਣਾ, ਜੇ ਚੰਗਾ ਕਰਦੇ ਹੋ ਉਹਦਾ ਨਤੀਜਾ ਵੀ। ਚੱਲੀਏ ਫਿਰ ਆਪਾਂ, ਹਾਂ ਬਾਈ ਗਰਾਊਂਡ ਤੇ ਚੱਲੀਏ। ਰਾਜੀਵ ਹੁਣ ਤਾਂ ਗਰਾਊਂਡ ਵੀ ਵਧੀਆ ਤਿਆਰ ਕਰ ਲੈਣਾ, ਜਿੰਨੇ ਜਿੰਨੇ ਸਾਧਾ ਹੋ ਸਕਦੀ ਪੈਸੇ ਇਕੱਠੇ ਕੀਤੇ, ਜਦੋਂ ਪਿੰਡ ਚੋਂ ਇਕੱਠੇ ਕੀਤੇ ਹਨਾ, ਤੇ ਬਾਹਰਲੇ ਇੱਕ ਨਾਰਾ ਹੀ ਮੁੰਡਿਆਂ ਨੇ ਬਈ ਆਪਣਾ ਮੇਨ ਸਾਥ ਦਿੱਤਾ, ਆਪਣੇ ਯਾਰ ਜਿਹੜੇ ਪਿੰਡ ਦੇ ਨਾਲੇ ਜਿਹੜੇ ਪਲੇਅਰ ਰਹੇ ਆ ਪਹਿਲਾਂ ਖੇਡਦੇ ਰਹੇ ਚਾਹੇ ਕਬੱਡੀ, ਆਪਣੇ ਮੇਨ ਫੁੱਟਬਾਲ ਵਾਲੇ ਮੁੰਡੇ ਵੀ ਬਹੁਤ ਸਾਥ ਦਿੰਦੇ ਆ, ਜਿਵੇਂ ਕਿਸੇ ਦੇ ਮੁੰਡੇ ਸੱਟ ਵੱਜ ਜਾਂਦੀ ਆ ਜਾਂ ਸਟੱਡ ਸਟੁੱਡ ਲਿਆਉਣੇ ਆ ਆਪਾਂ ਜਰਸੀ ਕੱਛੇ ਵੰਡਣੇ ਆ, ਬਹੁਤ ਸਾਥ ਦਿੰਦੇ ਆ ਬਾਹਰੋਂ ਯਾਰ, ਇੱਕ ਫੋਨ ਕਰਨ ਦੀ ਦੇਰ ਆ ਉਹਨਾਂ ਨੂੰ, ਉਹਦਾ ਬੇਚਾਰੇ ਐਂ ਕਹਿੰਦੇ। ਹਾਂ ਹਾਂ ਬਾਕੀ ਤੁਹਾਡੇ ਖੇਡਣ ਵਾਲੇ ਆਪ ਵੀ ਬਹੁਤ ਭਾਗੇ ਹੋਣਗੇ। ਹਾਂ ਖੇਡਣ ਵਾਲੀ ਆ ਮੇਨ ਆਪਣੇ ਮੁੰਡੇ ਬਾਹਰ, ਆਪਣੇ ਫੁੱਟਬਾਲ ਵਾਲੀ ਗਏ ਆ ਸੱਤ ਅੱਠ ਮੁੰਡੇ, ਤਾਂ ਕੋਈ ਤਿੰਨ ਮੁੰਡੇ ਆਸਟ੍ਰੇਲੀਆ ਬੈਠੇ ਆ, ਕੈਨੇਡਾ ਵਗ ਗਏ ਆਪਣਾ ਛੋਟਾ ਖੇਡਦਾ ਹੁੰਦਾ ਸੀਗਾ, ਉਦੋਂ ਬਾਅਦ ਮੁੰਡੇ ਇੱਕ ਦੋ ਹੋਰ ਵਗ ਗਏ ਕ੍ਰਿਕਟਾਂ ਵਿਚਾਰਿਆਂ ਦਾ ਟੀਮ, ਚਲੋ ਟੂਰਨਾਮੈਂਟ ਤੇ ਮੁੰਡੇ ਇਕੱਠੇ ਕਰਕੇ ਲੈ ਕੇ ਜਾਂਦੇ ਆ, ਪਿੱਚ ਦਾ ਔਖਾ ਹੋ ਜਾਂਦਾ ਨਾ ਟੂਰਨਾਮੈਂਟ ਵਾਲੇ, ਤੇ ਮਿੱਟੀ ਸ਼ਿੱਟ ਜਿਵੇਂ ਪੈ ਉੱਥੇ ਮੈਟ ਲਾਉਣੇ ਨੇ ਨਾ। ਹਾਂ ਮੈਟ ਲੱਗ ਜਾਂਦਾ ਸਰਦਿਆਂ ਦਾ, ਸਰਦਿਆਂ ਦਾ, ਬਾਕੀ ਯਾਰ ਆਪਣਾ ਬਈ ਸਾਂਝਾ ਹੈਗਾ ਗਰਾਊਂਡ ਹਨਾ ਸਾਰੇ, ਵਿੱਚ ਕਬੱਡੀ ਦਾ ਚਲੋ ਉੱਧਰ ਹੈਗਾ ਤੇ ਬਾਕੀ ਫੋਟੋ ਬੱਚੇ ਖੇਡਣ ਆਉਂਦੇ ਆ, ਦੋ ਜਗ੍ਹਾ ਤਾਂ ਗੇਮ ਵੀ ਲੱਗ ਜਾਂਦੀ ਆ ਵਧੀਆ, ਇੱਕ ਪਾਸੇ ਇੱਧਰ ਜਵਾਕ ਲਾ ਲੈਂਦੇ ਆ, ਇੱਧਰ ਚਲੋ ਵੱਡੇ ਖੇਡ ਲੈਂਦੇ ਆ ਆਪਦੇ, ਅਸਲ ਚ ਜਦੋਂ ਗਰਾਊਂਡ ਵਧੀਆ ਹੁੰਦਾ ਪਿੰਡ ਦੇ ਵਿੱਚ ਜਵਾਕ ਦਾ, ਹਾਂ ਹਾਂ ਖਿੱਚੇ ਆਉਂਦੇ ਆ, ਨਹੀਂ ਆਪਣੇ ਪਿੰਡ ਦੇ ਜਿਹੜੇ ਉਦਾਂ ਵੀ ਰੋਟੀ ਰੋਟੀ ਖਾ ਕੇ ਸੈਰ ਕਰਨ ਆਉਂਦੇ, ਲਾਈਟਾਂ ਲੱਗੀਆਂ ਨਾ ਰਾਤ ਨੂੰ ਵਿਊ ਬਹੁਤ ਸੋਹਣਾ ਹੋ ਜਾਂਦਾ ਗਾ, ਤਾਂ ਕਰਕੇ ਸਾਰੇ ਸਪ੍ਰਿੰਗਲਰ ਪਾਇਆ, ਬਹੁਤ ਫੁਹਾਰਾ ਸਿਸਟਮ, ਹਾਂ ਹਾਂ ਫੁਹਾਰਾ ਸਿਸਟਮ ਵੀ ਪਵਾਇਆ ਗਿਆ, ਇਹ ਵੀ ਬਾਗੜੀ ਨਹੀਂ ਪਵਾਇਆ ਮੂਹਰੇ ਹੋ ਗਏ ਉਦੋਂ। ਅੱਛਾ
ਹਾਂ ਬਾਗੜੀ ਨੇ ਵੀ ਬਹੁਤ ਵਿਚਾਰੇ ਨੇ ਸਾਥ ਦਿੱਤਾ ਗਰਾਊਂਡ ਦਾ ਯਾਰ। ਗੋਲਡੀ ਹੋ ਗਿਆ, ਬਾਗੜੀ ਹੋ ਗਿਆ, ਗੋਲਡੀ ਤੇ ਮੁੰਡਾ ਬਾਗ ਆ, ਬਾਗ ਭੁੱਲਰ ਵਿਚਾਰਾ, ਉਹ ਵਿਚਾਰਾ ਕੋਈ ਗੇਮ ਨਹੀਂ ਖੇਡਦਾ, ਉਹਨੂੰ ਸ਼ੌਂਕ ਬੜਾ ਹੈਗਾ, ਬਹੁਤ ਸ਼ੌਂਕ ਉਹਨੂੰ ਯਾਰ ਵੀ ਮੁੰਡੇ ਖੇਡਣ। ਉਹ ਕਬੱਡੀ ਦੇ ਟੂਰਨਾਮੈਂਟ ਤੇ ਵੀ ਮੂਰੇ ਹੁੰਦਾ, ਕ੍ਰਿਕਟ ਦੇ ਮੈਚ ਵੀ, ਇਹਨਾਂ ਟੂਰਨਾਮੈਂਟ ਤੇ ਵੀ ਤੇ ਫੁੱਟਬਾਲ ਦੇ, ਉਹ ਤਿੰਨਾਂ ਦਾ ਸਾਥ ਦਿੰਦਾ। ਉਹ ਕਹਿੰਦਾ ਵੀ ਮੈਨੂੰ ਇਹ ਆ ਵੀ ਆਪਣੇ ਪਿੰਡ ਦੇ ਵੱਧ ਤੋਂ ਵੱਧ ਪਲੇਅਰ ਵੀ ਉੱਠਣ, ਕਿਸੇ ਮਰਜ਼ੀ ਗੇਮ ਚ ਹੋਣ, ਬਸ ਗੇਮ ਚ ਉੱਠਣ ਵੀ ਗਲਤ ਚੀਜ਼ਾਂ ਤੋਂ। ਜਦੋਂ ਸਾਡੇ ਪਹਿਲਾਂ ਵਿੱਚ ਮੁੰਡੇ ਇੱਥੇ ਆ ਕੇ ਨਸ਼ਾ ਪੱਤਾ ਕਰਨ ਲੱਗ ਗਈ, ਫਿਰ ਆਪਾਂ ਤਾਂ ਹੀ ਆਹ ਹਾਲ ਆਇਆ ਗਾ। ਪਹਿਲਾਂ ਗਰਾਊਂਡ ਮੋਟਰ ਮੋਟਰਸਾਈਕਲ ਮਾਰ ਦਿੰਦੇ ਸੀਗੇ, ਖਰਾਬ ਕਰ ਦਿੰਦੇ ਸੀ। ਘਾਹ ਆਪਾਂ ਪਹਿਲਾਂ ਵੀ ਲਾਇਆ ਸੀ, ਪਹਿਲਾਂ ਚਲੋ ਜਗ੍ਹਾ ਸੀਗਾ, ਹਾਂ ਥੋੜਾ, ਇੱਕ ਤਾਂ ਪਾਣੀ ਦਾ ਸਿਸਟਮ ਨਹੀਂ ਸੀ ਸੈੱਟ, ਇੱਕ ਥੋੜਾ ਤੈਨੂੰ ਪਤਾ ਬਈ ਹੁਣ ਮਾੜਾ ਮੋਟਾ ਪਾਰਟੀ ਬਾਜ਼ੀਆਂ ਚ ਮਰ ਗਿਆ ਉਹ ਗਰਾਊਂਡ ਆਪਣਾ। ਹਾਂ ਬੈਠਣ ਨੂੰ, ਹਾਂ ਬਾਕੀ ਦਰਖਤ ਬਹੁਤ ਆ ਯਾਰ, ਟੀਮਾਂ ਜਿਵੇਂ ਸੁਣ ਸੁਣਾ ਨੀ ਲੱਗਦੀ, ਰੌਣਕ ਰਹਿੰਦੀ ਆ। ਹਾਂ ਹਾਂ ਇੱਥੇ ਬੰਦਾ ਇਕੱਲੇ ਨੇ ਸ਼ਾਂਤੀ ਨਾਲ ਬੈਠਣਾ, ਹਵਾ ਚੱਲਦੀ ਆ ਵਧੀਆ, ਹੈ ਸੋਹਣੀਆਂ ਲੱਗਦੀਆਂ ਯਾਰ ਫੋਟੋਆਂ। ਹਾਂ ਹਾਂ ਬਈ ਆਪਣੇ ਇਹ ਪਿੰਡ ਦਾ ਹੀ ਆ ਮੁੰਡਾ, ਪੇਂਟਰ ਪੇਂਟਰ, ਹਾਂ ਹਰਭਜਨ ਔਲਖ, ਬਹੁਤ ਸੋਹਣੀ ਪੇਂਟਿੰਗ ਆ ਯਾਰ ਗੁਰਦੁਆਰੇ ਦੇ ਮੂਹਰੇ ਦੀ, ਨਿਓਲ ਮੈਸੀ, ਹਾਂ ਇਹ ਆਪਣਾ ਫੇਵਰਟ ਪਲੇਅਰ ਆ, ਫਿਰ ਤੈਨੂੰ ਪਤਾ ਹੀ ਆ ਝੋਟਾ ਵਰਲਡ ਕੱਪ ਵੀ ਜਿੱਤ ਗਿਆ ਐਤਕੀ ਤਾਂ, ਗੋਲਡਨ ਬੁਆਏ ਨੀ ਝੋਟਾ, ਇਹਨੇ ਵੀ ਮੁੰਡੇ ਨੇ ਪੂਰਾ, ਹਾਂ ਹਾਂ ਸਹੀ ਗੱਲ ਹੈ, ਸ਼ਹੀਦ ਸਰਦਾਰ ਸੇਵਾ ਸਿੰਘ ਜੀ ਠੀਕਰੀਵਾਲ, ਜਿਨ੍ਹਾਂ ਦੀ ਬਹੁਤ ਵੱਡੀ ਸੇਵਾ ਗੀ, ਸਾਡੇ ਪਿੰਡ ਸਾਡੇ ਦੇਸ਼ ਲਈ ਕੁਰਬਾਨੀਆਂ ਦਿੱਤੀਆਂ, ਉਹ ਕਰੀਦਾ ਆਪਾਂ ਜੋੜੀ ਦਾ ਬਾਬੇ ਨੂੰ ਜਦੋਂ ਆਉਣੇ ਆ, ਇਹ ਬਾਬੇ ਨੇ ਆਪਣਾ ਮੰਨ ਲਾ ਨੂੰ ਨਾਂ ਉੱਚਾ ਕੀਤਾ ਪਿੰਡ ਦਾ, ਹੈ ਸ਼ਹੀਦੀ ਦੇ ਵਿੱਚ ਅਹਿਮ ਯੋਗਦਾਨ ਦੇ ਕੇ, ਉੱਡਣਾ ਸਿੱਖ ਮਿਲਖਾ ਸਿੰਘ, ਹਾਂ ਆਜ਼ਾਦੀ ਚ ਬਹੁਤ ਵੱਡਾ ਹੱਥ ਰਿਹਾ ਬਾਬੇ ਦਾ, ਮਿਲਖੇ ਸਿੰਘ ਬਾਰੇ ਤਾਂ ਫਿਰ ਪਤਾ ਹੀ ਆ ਸਾਰਿਆਂ ਨੂੰ, ਕਬੱਡੀ ਤਾਂ ਲਾਈ ਤੁਰ ਗਿਆ ਵਿਚਾਰਾ ਹਨਾ, ਤੇ ਆਪਾਂ ਪਹਿਲਾਂ ਇਹ ਵੀ ਬਹੁਤ, ਆਪਾਂ ਇਹਦੇ ਬਹੁਤ ਵੱਡੇ ਫੈਨ ਆ ਬੰਦੇ ਦੇ, ਬਾਕੀ ਦੁਨੀਆ ਫੈਨ, ਸਾਰੀ ਦੁਨੀਆ ਫੈਨ ਆ ਇਹਦੇ, ਖੇਡਦੀ ਵੀ ਤੇਰੇ ਸੁਭਾਅ ਦੀ, ਹਾਂ ਸੁਭਾਅ ਦੀਆਂ ਤਾਂ ਅੱਜ ਵੀ ਪਲੇਅਰ ਗੱਲਾਂ ਦੱਸਦੇ ਆ ਜੋ ਆਪਾਂ ਵੀਡੀਓ ਦੇਖ ਰਹੇ ਆ ਕਬੱਡੀ ਦੀਆਂ, ਹਨਾ ਕਿੰਨਾ ਚੰਗਾ ਬੰਦਾ, ਧੰਨਾ ਭਗਤੀ ਸੀ, ਸਹੀ ਗੱਲ ਆ, ਸਹੀ ਹੈ ਜਿਹੜਾ ਆਪਣੇ ਕੰਟੈਂਟ ਹੁੰਦੇ ਆ ਨੋ ਰੱਖਦੇ ਵਧੀਆ ਰੱਖਿਆ, ਹਾਂ ਹਾਂ ਆਪਣੇ ਪੰਜਾਬ ਦੀ ਧੀ, ਹਾਂ ਹਰਮਨਪ੍ਰੀਤ ਕੌਰ ਬਣੇ ਵੀ ਕ੍ਰਿਕਟ ਚ, ਹਾਂ ਵਧੀਆ ਨੇ ਯਾਰ ਫੋਟੋ ਸਦ ਲਾ ਕੇ ਸੋਹਣਾ ਲੱਗਦਾ, ਬਾਕੀ ਆਪਣਾ ਸਕੂਲ ਆ ਗਿਆ, ਇਹ ਸਕੂਲ ਚ ਉੱਠੇ ਆਪਾਂ, ਹਾਂ ਕਿੱਥੇ ਬੜਾ ਤੂੰ, ਹਾਂ 8ਵੀਂ ਚੋਂ ਆਪਾਂ ਇੱਥੇ ਹੀ ਪੜ੍ਹੇ ਆ, 8ਵੀਂ ਤੋਂ ਬਾਅਦ, ਹਾਂ 8ਵੀਂ ਤੋਂ ਬਾਅਦ ਇੱਥੇ ਹੀ ਪੜ੍ਹੇ ਆ, 8ਵੀਂ ਤੋਂ ਬਾਅਦ ਕਿੱਥੇ ਸੀ ਫਿਰ, ਪਹਿਲਾਂ ਮੈਂ ਪਿੰਡ ਆਪਣੇ ਪ੍ਰਾਈਵੇਟ 'ਚ ਪੜ੍ਹਦਾ ਰਿਹਾ, ਫਿਰ 8ਵੀਂ ਤੋਂ 11ਵੀਂ ਤੱਕ ਉਰੇ, ਅਤੇ 11ਵੀਂ 'ਚ ਆਪਾਂ ਇੱਥੇ ਬਹਿ ਕੇ ਗੱਲ ਹੋਈ ਸੀਗੀ ਸਾਡੀ ਸ਼ਾਮ ਨੂੰ ਵੀ ਟਰੈਲਾ ਨੇ ਕੱਲ੍ਹ ਨੂੰ, ਅੱਛਾ ਹਾਂ ਪਟਿਆਲੇ ਨਾ ਉੱਥੇ ਹੁਸ਼ਿਆਰਪੁਰ ਜਦੋਂ ਮੈਂ ਪਹਿਲੀ ਵਾਰ ਗਿਆ, ਅੱਛਾ 17 'ਚ, ਅਤੇ 19 ਦਾ ਪਹਿਲਾ ਸਾਲ ਸੀ ਮੇਰਾ, ਠੀਕ ਹੈ, ਤੇ ਚਲੋ ਮੈਂ ਗਿਆ ਟਰਾਇਲ ਨੂੰ, ਉੱਥੇ ਸਿਲੈਕਟ ਹੋਇਆ, ਉੱਥੇ ਫਿਰ ਮੈਂ ਪਲੱਸ ਟੂ ਕੀਤੀ, ਤੇ ਪਲੱਸ ਟੂ ਕਰਕੇ ਉਦੋਂ ਬਾਅਦ ਫਿਰ ਮੈਂ ਪਟਿਆਲੇ ਗਿਆ, ਤੇ ਮੇਰੀ ਆਪਣੀ ਹੋਈ ਸੀਗੀ ਐਡਮਿਸ਼ਨ ਇੱਧਰ ਮਾਨਸਾ ਚਨੀਰ ਕਾਲਜ 'ਚ, ਠੀਕ ਹੈ, ਫਿਜ਼ੀਕਲ ਕਾਲਜ, ਤੇ 5-6 ਸਾਲ ਚਲੋ ਆਪਾਂ ਲਾਏ ਆ ਉੱਥੇ, ਤੈਨੂੰ ਪਤਾ ਹੀ ਆ ਪਟਿਆਲੇ ਤਾਂ ਫਿਰ
ਤਪੱਸਿਆ ਕਰਨੀ ਪੈਂਦੀ ਆ। ਜਿਹੜਾ ਬੰਦਾ ਉੱਥੇ ਤਪੱਸਿਆ ਕਰਦਾ ਬੰਦਾ ਭਾਰਮ ਹੈ ਸਾਡੇ ਨਾਲ ਸਾਡੇ ਬੈਠੇ। ਹਾਂ ਹਾਂ ਬਈ ਬਹੁਤ ਯਾਰ ਪਲੇਅਰਾਂ ਨੂੰ ਰੋਜ਼ਗਾਰ। ਹਾਂ ਹਾਂ ਯੂਨੀਵਰਸਿਟੀ ਕੋਚ ਸਾਹਿਬ ਨੇ ਦਲਵੀਰ ਕੋਚ ਸਾਹਿਬ ਨੇ ਮੈਂ ਕਹਿੰਦਾ ਪਤਾ ਨੀ ਕਿੰਨੇ ਕੁ ਜਵਾਕਾਂ ਦੀ ਰੋਟੀ ਯੋਗਾ ਕੀਤਾ ਜਿਹਨਾਂ ਦੇ ਘਰੇ ਰੋਟੀ ਨਹੀਂ ਵਗਦੀ ਖੜਾ ਕੇ ਆਪਦੇ ਪੱਲਿਓਂ ਵੀ ਉਹਨਾਂ ਨੇ ਘਿਓ ਦੁੱਧ ਘਿਓ ਸਾਰਾ ਕੁਛ ਆਪਦੇ ਪੱਲਿਓਂ ਵੀ ਜਿਹੜੇ ਜਵਾਕ ਵਧੀਆ ਖੇਡਣ ਨੂੰ ਨੇ ਗਰੀਬ ਘਰੋਂ ਨੇ ਉਹਨਾਂ ਦੀ ਫੁੱਲ ਮਦਦ ਕਰਦੇ ਰਹੇ ਆ। ਜੂਸ ਲਵਾਉਂਦੇ ਸੀ ਇੰਟਰਵਰਸਿਟੀ ਤੋਂ ਮਹੀਨਾ ਪਹਿਲਾਂ ਆਮ ਹੋ ਜਾਂਦੀ ਫਲ ਫਰੂਟ ਖਾਧੇ ਨਹੀਂ ਜਾਂਦੇ ਜਵਾਕਾਂ ਤੋਂ ਆਹ ਆਪਣੇ ਫੁਹਾਰੇ ਲੱਗੇ ਵਿਆ ਸਾਰਾ ਸਿਸਟਮ ਸਾਡੇ ਵੀ ਲਾਤੇ ਹੁੰਦੇ। ਹਾਂ ਹਾਂ ਚੱਲ ਰਾਜੀ ਬਾਕੀ ਗੱਲਾਂ ਪਾ ਕੇ ਕਰਦੇ ਆ। ਹਾਂ ਹਾਂ ਬਈ ਕਰਦੇ ਆ ਤੇਰੀ ਫੁੱਟਬਾਲ ਬਾਰੇ ਗੱਲਾਂ। ਲੈ ਵੀ ਦਰਸ਼ਕ ਵੀਰੋ ਗੱਲਾਂ ਬਾਤਾਂ ਕੀਤੀਆਂ ਰਾਜਦੀਪ ਦੇ ਨਾਲ ਉਹਦੀ ਜੀਵਨੀ ਬਾਰੇ ਉਹਦੇ ਪਰਿਵਾਰ ਬਾਰੇ ਹੋਰ ਗੱਲਾਂ ਇੱਧਰ ਉੱਧਰ ਦੀ ਸਾਰੀਆਂ ਕੀਤੀਆਂ ਤੇ ਹੁਣ ਫੋਕਸ ਕਰਦੇ ਆਪਾਂ ਫੁੱਟਬਾਲ ਦੇ ਵੱਲ ਕਿਉਂਕਿ ਮੁੰਡੇ ਨੇ ਇੱਕ ਪਿੰਡ ਦੇ ਵਿੱਚ ਉੱਠ ਕੇ ਵੱਡਾ ਨਾਮ ਖੱਟਿਆ ਦਿੱਲੀ ਤੱਕ ਕਲੱਬਾਂ ਤੱਕ ਮੁੰਡੇ ਦੇ ਚਰਚੇ ਹੋਏ ਤੇ ਅੱਜ ਕੱਲ੍ਹ ਵੀ ਆਹ ਉੱਪਣ ਦੇ ਵਿੱਚ ਬੜੀ ਮੰਗ ਆ ਰਾਜਦੀਪ ਜੀ। ਰਾਜਦੀਪ ਪਰਿਵਾਰ ਦੇ ਵਿੱਚ ਵੀ ਪਹਿਲਾਂ ਕੋਈ ਫੁੱਟਬਾਲ ਖੇਡਦੇ ਸੀ ਤੇ ਪਹਿਲਾਂ ਆਪ ਹੀ ਆਪਣੇ ਪਹਿਲਾਂ ਮੇਰੇ ਤਾਏ ਦਾ ਮੁੰਡਾ ਖੇਡਦਾ ਕਬੱਡੀ ਖੇਡਦਾ ਸੀ ਪਰ ਉਹ ਆਪਾਂ ਵੀ ਉਹਦੇ ਮਗਰ ਕਬੱਡੀ ਸ਼ੁਰੂ ਕੀਤੀ ਥੋੜੀ ਮੋਟੀ ਖੇਡੀ ਪਹਿਲਾਂ ਤੇ ਉਦੋਂ ਬਾਅਦ ਫਿਰ ਫੁੱਟਬਾਲ ਚ ਆ ਗਏ ਆਪਾਂ। ਫੁੱਟਬਾਲ ਆਪਣਾ ਪਹਿਲਾਂ ਕੋਈ ਉਹ ਪਰਿਵਾਰਕ ਮੈਂਬਰ ਨਹੀਂ ਸੀ ਖੇਡਦਾ ਸਾਰੇ ਖੇਤੀਬਾੜੀ ਵਾਲੇ ਸੀਗੇ। ਫੁੱਟਬਾਲ ਦੀ ਲਗਨ ਆਪਾਂ ਨੂੰ ਬਾਗੜੀ ਨੇ ਸ਼ੁਰੂ ਕੀਤਾ ਜੱਟ ਤੱਕ ਪਹੁੰਚੇ ਪਰ ਇਹ ਆਪਾਂ ਨੂੰ ਬਾਗੜੀ ਨੇ ਸ਼ੁਰੂ ਕਰਾਈ। ਹੋਰ ਬਾਗੜੀ ਨੇ ਬਹੁਤ ਆਪਾਂ ਨੂੰ ਵਿਚਾਰੇ ਨੇ ਸਾਥ ਦਿੱਤਾ ਆਪਣਾ ਹਰੇਕ ਚੀਜ਼ ਚ ਟ੍ਰਾਇਲ ਹੋਣੇ ਕੁਛ ਵੀ ਹੋਣਾ ਉਹਨੇ ਪਹਿਲਾਂ ਫੋਨ ਕਰਨਾ ਜਾਂ ਕੋਈ ਟੂਰਨਾਮੈਂਟ ਹੋਣਾ ਉੱਥੋਂ ਦਿੱਲੀਓਂ ਸੱਦਣਾ ਮੈਨੂੰ ਜਾਂ ਪਟਿਆਲੇ ਹੁੰਦਾ ਸੀਗਾ ਮੈਂ ਉੱਥੋਂ ਸੱਦਣਾ ਤੇ ਉਹਨੇ ਆਪਾਂ ਨੂੰ ਬਹੁਤ ਮਤਲਬ ਗਾਈਡ ਕੀਤਾ ਅੱਗੇ ਤੱਕ ਇੱਥੇ ਤੱਕ ਲਿਆਉਣ ਚ ਬਹੁਤ ਮਦਦ ਕੀਤੀ ਉਹਨੇ ਤੇ ਦੂਜੇ ਸਥਾਨ ਤਾਂ ਫਿਰ ਤੁਹਾਨੂੰ ਪਤਾ ਦਵੀਰ ਕੋਚ ਸਾਹਿਬ ਯੂਨੀਵਰਸਿਟੀ ਉਹਨਾਂ ਤੋਂ ਬਰੀਕੀਆਂ ਸਿੱਖੀਆਂ ਫਿਰ ਆਪਾਂ ਚਾਰ ਪੰਜ ਸਾਲ ਰਿਹਾ ਮੈਂ ਰੋਟੀ ਪਾਇਆ ਹਨਾ ਉਹਨਾਂ ਨੇ ਬਹੁਤ ਫੁੱਟਬਾਲ ਦੇ ਥੱਲਿਓਂ ਉਹਨਾਂ ਦਾ ਮੇਨ ਫੁੱਟਬਾਲ ਚ ਪੰਜਾਬ ਦੀ ਫੁੱਟਬਾਲ ਚ ਉਹਨਾਂ ਦੇ ਬਹੁਤ ਵੱਡੀ ਦੇਣ ਬਹੁਤ ਵੱਡੀ ਦੇਣ ਹਨਾ ਪਲੇਅਰ ਹੁਣ ਅੱਜ ਵੀ ਪਲੇਅਰ ਜਿਹੜੇ ਉੱਥੋਂ ਨਿਕਲੇ ਹੋਏ ਆ ਤਗੜੀਆਂ ਤਗੜੀਆਂ ਕਲੱਬਾਂ ਚ ਕੁਛ ਤਾਂ ਇੰਡੀਆ ਟੀਮ ਚ ਵੀ ਹੈਗੇ ਆਪਣੇ ਆਈ ਐਸ ਐਲ ਚ ਬਹੁਤ ਖੇਡਦੇ ਹਾਂ ਮੇਨ ਮਹਿਕਮਿਆਂ ਲਈ ਬਹੁਤ ਤਿਆਰ ਕੀਤਾ ਕੋਚ ਸਾਹਿਬ ਨੇ ਬਹੁਤ ਵੱਡੀ ਦੇਣ ਆ ਤੇ ਗਰੀਬ ਘਰਾਂ ਦੇ ਜਵਾਕਾਂ ਨੂੰ ਜਿਹੜੇ ਮੰਨ ਲਾ ਜਿਨ੍ਹਾਂ ਨੇ ਕਦੇ ਸੋਚਿਆ ਵੀ ਹੋਣਾ ਵੀ ਅਸੀਂ ਨੌਕਰੀ ਲਵਾਂ ਜਿਵੇਂ ਉਹਨਾਂ ਚੋਂ ਮੈਂ ਵੀ ਇੱਕ ਆ ਵੀ ਨੌਕਰੀ ਲਵਾਂਗੇ ਯੂਨੀਵਰਸਿਟੀ ਖੜਾਇਆ ਸਾਨੂੰ ਉੱਥੇ ਮਿਹਨਤ ਕਰਾਈ ਚਾਰ ਪੰਜ ਸਾਲ ਤਰਾਸਿਆ ਸਾਨੂੰ ਤੇ ਰਾਜੀ ਫਰਾਲ ਉਪਣ ਕੱਪਾ ਤੇ ਵੀ ਮੰਗਾ ਮੁੰਡੇ ਦੀ ਅੱਜ ਕੱਲ ਪੂਰੀ। ਹਾਂ ਹਾਂ ਬਈ ਆਪਾਂ ਕੱਪ ਖੇਡੀ ਫਿਰ ਖੁੱਲ ਕੇ। ਹਾਂ ਹਾਂ ਬਈ ਆਪਾਂ ਖੇਡਣਾ ਹੈ ਬਈ ਆਪਾਂ ਨੂੰ ਖੇਡਣ ਤੋਂ ਬਿਨਾ ਕੋਈ ਹੋਰ ਕੰਮ ਹੈ ਨਹੀਂ ਘਰ ਦੇ ਵੀ ਕਹਿੰਦੇ ਆ ਵੀ ਤੂੰ ਆਪਦਾ ਖੇਡ ਪਈ ਕੋਈ ਚੱਕਰ ਨਹੀਂ ਘਰ ਘਰ ਦਾ ਕੰਮ ਕੁੰਮ ਕੋਈ ਕਿਸੇ ਵੱਲ ਧਿਆਨ ਦੇਣ ਦੀ ਲੋੜ ਨਹੀਂ ਜੇ ਆਪਾਂ ਕਰੀਏ ਇੱਕ ਤਾਂ ਤੂੰ ਖੇਡਾ ਦਿੱਲੀ ਸੀ ਇਸ ਦੇ ਲਈ। ਹਾਂ ਬਈ ਤੇ ਜੋ ਆਹ ਆਪਣਾ ਟੀਮਾਂ ਬਣਦੀਆਂ ਨੇ ਹੁਣ ਵੱਖੋ ਵੱਖਰੇ ਪ੍ਰਮੋਟਰ ਜਿਹੜੀਆਂ ਟੀਮਾਂ ਬਣਾਉਂਦੇ ਸਭ ਤੋਂ ਖੁਸ਼ੀ ਕਿਹੜੀ ਟੀਮ ਦੇ ਵਿੱਚ ਖੇਡ ਕੇ ਮਿਲਦੀ ਹੈ? ਖੁਸ਼ੀ ਤਾਂ ਬਈ ਜਦੋਂ ਆਪਾਂ ਹੁਣ ਉੱਥੇ ਸੀ ਐਸ ਐਫ ਵਾਲੇ ਮੁੰਡੇ ਇਕੱਠੇ ਹੋ ਕੇ ਖੇਡਦੇ ਹਾਂ ਜਾਂ ਫਿਰ
ਕੋਈ ਮੁੰਡਾ ਆਪਣਾ ਯਾਰ ਦੋਸਤ ਟੀਮ ਬਣਾਵੇ, ਜਿਵੇਂ ਤੁਹਾਡੇ ਧਰੌਲੇ ਬਣਾਈ ਸੀਗੀ ਖੁੱਡੀ ਵਾਲੇ ਹੌਂਡੋ ਨੇ, ਨੀਟੇ ਨੇ ਟੀਮ ਬਣਾਈ ਸੀਗੀ, ਇਹੋ ਜਿਹੇ ਯਾਰਾਂ ਮਿੱਤਰਾਂ ਨਾਲ ਜਿਹੜੇ ਆਪਣੇ ਪੂਰੀ ਲਗਨ ਆਪਣਾ ਪਿਆਰ ਆ, ਇਹੋ ਜਿਹੇ ਬੰਦਿਆਂ ਦੇ ਬਹੁਤ ਆਪਾਂ ਖੇਡ ਕੇ ਖੁਸ਼ ਹਾਂ। ਹਾਂ, ਉੱਥੇ ਕੋਈ ਆਪਾਂ ਨੂੰ ਐਂ ਨੀ ਹੈਗਾ ਵੀ ਕਿਸੇ ਆਪਾਂ ਨੂੰ ਗੇਮ ਪ੍ਰਤੀ ਕੋਈ ਪੈਸੇ ਪੂਸੇ ਦੀ ਝਾਕ ਕੁਛ ਨੀ ਹੈਗੀ, ਆਪਾਂ ਨੂੰ ਗੱਲਾਂ ਹੁੰਦਾ ਵੀ ਯਾਰ ਭਰਾਵਾਂ ਨਾਲ ਪਿਆਰ ਬਣਿਆ ਵਾ, ਵੀ ਹਾਂ ਸਵਾਦ ਹੁੰਦਾ ਖੇਡ ਕੇ, ਜ਼ੋਰ ਲਾ ਕੇ ਸਵਾਦ ਮੈਚ ਦੇ ਵਿੱਚ। ਰੈੱਡ ਕ੍ਰੋਸ ਬੱਤੀਆਂ ਵੀ ਬਹੁਤ ਹੁੰਦੀਆਂ ਨੇ। ਹਾਂ ਬਈ, ਇਹ ਤੈਨੂੰ ਪਤਾ ਹੀ ਆ, ਫਿਰ ਮੈਨੂੰ ਵਾਹਵਾ ਕਈ ਵਾਰ ਗਲਤੀਆਂ ਵੀ ਹੋ ਜਾਂਦੀਆਂ ਨੇ, ਪਹਿਲਾਂ ਵੀ ਗੱਲ ਹੋਈ ਸੀ ਆਪਣੀ, ਜ਼ੋਰ ਲੱਗਿਆ ਹੁੰਦਾ ਬਸ ਚ ਨਹੀਂ ਰਹਿੰਦਾ, ਬਸ ਚ ਨਹੀਂ ਰਹਿੰਦਾ ਕਈ। ਮੈਂ ਕਬੱਡੀ ਦੇ ਵੀ ਦੇਖਿਆ ਹੈ, ਕਬੱਡੀ ਦੇ ਹੁਣ ਆਪਾਂ ਗੱਲਾਂ ਕਰਦੇ ਹੁੰਦੇ ਹੈਗਾ, ਇਹ ਕਹਿੰਦਾ ਵੀ ਬਈ ਥਾਪੀਆਂ ਮਾਰਦਾ, ਹਾਂ ਜੀ ਭਲਵਾਨ ਮੋੜਾਂ ਦੀ ਗੱਲ ਕਰੀਏ, ਇੰਟਰਵਿਊ ਚੱਲੀ ਜਾਂਦੀ ਸੀ ਇੱਕ, ਹਨਾ ਪੁੱਛਿਆ ਵੀ ਤੂੰ ਥਾਪਿਆ, ਉਹ ਕਹਿੰਦਾ ਮੈਨੂੰ ਗਰਾਊਂਡ ਦੇ ਵਿੱਚ ਪਤਾ ਨਹੀਂ ਲੱਗਦਾ, ਜੋਸ਼ ਆ ਜਾਂਦਾ, ਮੈਨੂੰ ਪਤਾ ਲੱਗਦਾ। ਹਾਂ, ਆਪਾਂ ਪਰ ਜੋਰ ਦਿਲੋਂ ਲਾਈਦਾ ਯਾਰ, ਕਿਸੇ ਨੂੰ ਗਰਾਊਂਡ ਤੇ ਗਾਲ ਗੁਲ ਨਿਕਲ ਸਕਦੀ ਆ, ਪਰ ਆਪਣਾ ਕਿਸੇ ਪ੍ਰਤੀ ਦਿਲ ਚ ਉਹ ਨੀ ਹੈਗਾ ਵੀ ਆਪਾਂ ਬਾਅਦ ਚ ਵੀ ਖਾ ਰੱਖੀਓ ਬੰਦੇ ਨਾਲ, ਜਿਹੜੇ ਆਪਣੇ ਨਾਲ ਖੇਡ ਰਹੇ ਆ ਉਹ ਤਾਂ ਹੀ ਗਾਲਾਂ ਸੁਣ ਲੈਂਦੇ, ਉਹਨਾਂ ਨੂੰ ਪਤਾ ਵੀ ਗਰਾਊਂਡ ਚ ਹੀ ਆ ਯਾਰ, 10-5 ਮਿੰਟ ਦਾ ਗੁੱਸਾ ਗਾ, ਪਰ ਮੈਂ ਹੁਣ ਉਹ ਤੇ ਵੀ ਬਹੁਤ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਿਹਾ ਵੀ ਕੁਛ ਤੱਕ ਹੱਦ ਤੱਕ ਤਾਂ ਮੈਂ ਠੀਕ ਵੀ ਕੀਤਾ ਇਹ ਚੀਜ਼ ਨੂੰ, ਕੁਛ ਹੱਦ ਤੱਕ ਹੋਰ ਵੀ ਕਰੂੰਗਾ, ਜਿਉਂ ਜਿਉਂ ਬੰਦਾ ਥੋੜਾ ਜਿਹਾ ਮੈਚੋਰ ਹੁੰਦਾ ਗਾ ਹਨਾ, ਥੋੜਾ ਜਿਹਾ ਲੈਵਲ ਤੇ ਵੀ ਆ ਜਾਂਦਾ, ਹੁਣ ਆਪਾਂ ਬੋਲਦੇ ਵੀ ਨੀ ਚੰਗੇ ਲੱਗਦੇ ਜ਼ਿਆਦਾ, ਗਾਲਾਂ ਕੱਢਦੇ, ਤੇ ਆਹ ਲੱਗਦਾ ਯਾਰ ਵੀ ਐਡਾ ਵੱਡਾ ਪਲੇਅਰ ਹੋ ਕੇ, ਥੋੜਾ ਜਿਹਾ ਵੀ ਹਨਾ ਵਧੀਆ ਪਲੇਅਰ ਹੋ ਕੇ, ਐਡਾ ਵੱਡਾ ਨੀ, ਚੱਲ ਵਧੀਆ ਵੀ ਆਹ ਲੱਗਦਾ ਵੀ ਥੋੜਾ ਵਧੀਆ ਪਲੇਅਰ ਆ ਯਾਰ, ਚਲੋ ਹਨਾ ਵੀ ਇਹਨੂੰ ਧਿਆਨ ਰੱਖਣਾ ਚਾਹੀਦਾ ਚੀਜ਼ਾਂ ਦਾ, ਹੁਣ ਆਪਾਂ ਰੱਖ ਵੀ ਰਹੇ ਹਾਂ ਚੀਜ਼ਾਂ ਦਾ ਧਿਆਨ ਥੋੜਾ ਥੋੜਾ ਮੈਂ ਕਰ ਰਹੇ ਹਾਂ, ਹਾਂ ਕਰ ਰਹੇ ਹਾਂ। ਰਾਜਦੀਪ, ਕੋਈ ਬੈਸਟ ਪਲੇਅਰ ਫਿਰ ਦੱਸ, ਕੋਈ ਬੈਸਟ ਗੋਲਕੀਪਰ ਦੱਸ, ਤੈਨੂੰ ਵਧੀਆ ਗੋਲਕੀਪਰ ਕਿਹੜਾ ਪੰਜਾਬ ਦਾ? ਗੋਲਕੀਪਰ ਬਈ ਆਪਾਂ ਨੂੰ ਪੰਜਾਬ ਦਾ ਇੱਕ ਤਾਂ ਆਪਣਾ ਗੋਲਡੀ ਹੋ ਗਿਆ ਆਪਣੇ ਪਿੰਡ ਦਾ, ਹਾਂ ਆਪਣੇ ਆਲੇ ਦੁਆਲੇ ਪਿੰਡਾਂ ਚ ਮਹਿਲਕਲਾਂ ਕੋਲ ਕੀਪਰ ਵਧੀਆ ਨੇ, ਤੇ ਆਪਣੇ ਪਿੰਡ ਕੋਲ ਵਧੀਆ, ਤੇ ਹੋਰ ਆਪਣੇ ਲਾਗੇ ਤਾਗੇ ਠੀਕ ਹੋਣਗੇ ਕੀਪਰ, ਪਰ ਗੋਲਡੀ ਨੇ ਵੀ ਇਹੋ ਜਿਹੇ ਮੈਚਾਂ ਚ ਆਪਾਂ ਨੂੰ ਉਹ ਕੀਤਾ, ਸੇਵ ਕੀਤਾ ਇਹੋ ਜਿਹੇ ਮੈਚਾਂ ਜਿਹੜੇ ਆਪਾਂ ਨੂੰ ਜਿੱਤਣੇ, ਮੰਨ ਲਾ ਵੀ ਹਾਰਨ ਦੀ ਕਗਾਰ ਤੇ ਨਾ ਉਹ ਮੈਚ ਵੀ ਜਿਤਾਇਆ ਉਹਨੇ ਉਹ ਬੰਦੇ ਨੇ, ਬਣ ਵਾਸਤੇ ਬਣ, ਜਾਂ ਫਿਰ ਆਪਣਾ ਬੱਬੀ ਹੋ ਗਿਆ ਮਹਿਲਕਲਾਂ ਵਾਲਾ, ਹਾਂ ਇਹ ਵੀ ਕੀਪਰ ਹਾਂ ਦਿੱਲੀ ਹੈ ਵੀ, ਤੇ ਇੱਕ ਇਹਨਾਂ ਦਾ ਸੀਨੀਅਰ ਜਿਹੜਾ ਇਹਨਾਂ ਦਾ ਸੀਨੀਅਰ ਬੱਬੀ ਦਾ ਉਸਤਾਦ ਮੰਨਦਾ ਬੱਬੀ ਨੂੰ, ਜਿਹੜਾ ਮੁੰਡਾ ਇਹਨਾਂ ਦਾ ਉਹ ਲੱਗਿਆ ਹੈ, ਹਾਂ ਗੱਪਾ ਗੱਪਾ ਸ਼ੋਮਾ ਬਾਈ ਦਾ ਆਪਾਂ ਦੇਖਿਆ ਨੀ ਖੇਡਦਾ, ਹਾਂ ਬਹੁਤ ਚੰਗਾ ਗੱਪਾ ਵੀ ਬੰਦਾ ਬਹੁਤ ਵਧੀਆ ਨਾ, ਨਾਈਸ ਬੰਦਾ ਬਹੁਤ ਵਧੀਆ, ਟੋਨੀ ਹੋ ਗਿਆ ਇਹਨਾਂ ਦਾ, ਅਸੀਂ ਕਹਿ ਰਹੇ ਬਾਈ ਤੈਨੂੰ ਮੈਂ ਚਲੋ ਇਹਨਾਂ ਦੀ ਗੱਲ ਦੱਸਦਾ ਬੰਦਿਆਂ ਦੀ, ਆਪਾਂ ਸਰਾਬੇ ਐਤਕੀ ਹੁਣ ਖੇਡ ਕੇ ਆਇਆ, ਚਲੋ ਆਹ ਰੈਡ ਕਾਰਡ ਵਾਲੀ ਗੱਲ ਹੀ ਆ, ਤੇ ਚਲੋ ਮੈਥੋਂ ਗਲਤੀ ਹੋ ਗਈ ਹਨਾ, ਫਾਉਲ ਵੱਜ ਗਿਆ, ਤੇ ਚੱਲ ਮੇਰੇ ਰੈਡ ਕਾਰਡ ਹੋ ਗਿਆ, ਤੇ ਰਾਤ ਨੂੰ ਬਾਈ ਮੈਨੂੰ ਟੋਨੀ ਦਾ ਫੋਨ ਆਇਆ, ਟੋਨੀ ਬਾਈ ਕਹਿੰਦਾ ਚਲੋ ਮਾੜਾ ਮੋਟਾ ਡਰਿੰਕ ਕੀਤੀ ਉਹਨਾਂ ਨੇ, ਤੇ ਮੈਨੂੰ ਕਹਿੰਦਾ ਵੀ ਰਾਜਦੀਪ ਵੀ ਆਪਾਂ ਵੀ ਤੂੰ ਆਪਣੇ ਏਰੀਏ ਦਾ ਪਲੇਅਰ ਆ ਵੀ ਆਪਾਂ ਤੇਰੇ ਮਤਲਬ ਉਹਨਾਂ ਦਾ ਫੈਨ ਹੀ ਕਿਹਾ ਸੀ, ਪਰ ਆਪਾਂ ਇਹ ਕਹਿਣਾ ਵੀ ਆਪਾਂ ਵੱਡਾ ਭਾਈ ਹਨਾ ਸੀਨੀਅਰ ਆਪਣਾ, ਫੈਨ ਫੂਨ ਤਾਂ ਆਪਾਂ ਉਹਨਾਂ ਮੁਰੇ ਕੀ ਚੀਜ਼ ਆ, ਉਹ ਆਪਦੇ ਟਾਈਮ 'ਚ ਹਨਾ ਉਹਨਾਂ ਦਾ ਵੀ ਟਾਈਮ ਰਿਹਾ, ਆਪਾਂ ਸੁਣਿਆ ਆਪਾਂ ਹਨਾ ਚਲੋ ਗੋਡੇ ਗਿੱਟੇ ਲੈ ਬੰਦੇ ਸੱਟਾਂ ਲੈ ਬੰਦੇ ਬੰਦੇ ਨੂੰ, ਹਾਂ ਮਜਬੂਰੀਆਂ ਹੋ ਜਾਂਦੀਆਂ, ਹਾਂ 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 ਹਾਂ, ਪਰ ਆਪਦੇ ਟਾਈਮ 'ਚ ਵੀ ਉਹਨਾਂ ਨੇ ਹੱਥ ਕਰਾਈ ਹੈ ਮਹਿਲਕਾਂ ਦਾ, ਆਪਾਂ ਤੇ ਤੁਹਾਡੀ ਖੁੱਡੀ ਦਾ ਨਾਂ ਤਾਂ ਆਪਾਂ ਸੁਣਿਆ ਹੀ ਆ ਹਨਾ, ਜਦੋਂ ਆਪਾਂ ਕੁਛ ਵੀ ਨਹੀਂ ਸੀ ਤੁਹਾਡੇ, ਹੁਣ ਨੀਟਾ ਹੈਗਾ ਇਹਨਾਂ ਦਾ ਹੌਂਡੋ ਦਾ ਨਾਂ ਚੱਲਦਾ ਹੁੰਦਾ ਸੀ, ਇਹਨਾਂ ਦਾ ਫੁੱਲ ਹਨਾ ਮਹਿਲਕਲਾਰਿਆਂ ਦਾ ਨਾਂ ਚੱਲਦਾ ਹੁੰਦਾ ਸੀਗਾ, ਸੋਮੇ ਬਾਈ ਦਾ ਵੀ ਬਹੁਤ ਵੱਡਾ ਨਾਂ ਆ, ਕੋਈ ਡਿਫੈਂਸ ਵਾਲਾ ਕੋਈ ਮੇਨ ਡਿਫੈਂਡਰ ਆਪਣਾ ਇੱਕ ਤਾਂ ਹੋ ਗਿਆ
ਡਿਫੈਂਡਰ ਆਪਣਾ ਬਾਈ ਮਹਿਰਕਲ ਵਾਲਾ ਹੀ ਸੀਪਾ ਸੀਪਾ ਹਾਂ ਉਹ ਬੰਦੇ ਬਾਰੇ ਬਹੁਤ ਸੁਣਿਆ ਆਪਾਂ ਖੇਡਦਾ ਵੀ ਦੇਖਿਆ ਉਹਦਾ ਆਪਾਂ ਬਹੁਤ ਠੰਡੇ ਸੁਭਾਅ ਦਾ ਪਲੇਅਰ ਆ ਤੇ ਓਦਾਂ ਦਾ ਹੀ ਮੁੰਡਾ ਆਪਾਂ ਨੇ ਇੱਕ ਪਿੰਡ ਚ ਮੁੰਡਾ ਦਲਵੀਰ ਆ ਹੁਣ ਪਟਿਆਲੇ ਭੇਜਿਆ ਆਪਾਂ ਛੋਟੀ ਉਮਰ ਦਾ ਹਾਂ ਛੋਟੀ ਉਮਰ ਦਾ ਬੋਡੀ ਬੁੱਡੀ ਲੈਂਗੁਏਜ ਜਮਾਂ ਬਾਈ ਵਰਗੇ ਓਨਾ ਹੀ ਸ਼ਾਂਤ ਰਹਿੰਦਾ ਤੇ ਸ਼ਾਂਤੀ ਨਾਲ ਵਧੀਆ ਪੇਸੈਂਸ ਨਾਲ ਟੈਕਲ ਕਰਦਾ ਮਿੱਡ ਮਿੱਟ ਬਈ ਆਪਣਾ ਇੱਕ ਤਾਂ ਨੌਮੀ ਹੋ ਗਿਆ ਮੁੰਡਾ ਮੇਨ ਸਟ੍ਰਾਈਕਰ ਬਾਈ ਆਪਣਾ ਇੱਕ ਤਾਂ ਤੇਜਿੰਦਰ ਮੁੰਡਾ ਮੱਲੀਆਂ ਦਾ ਬਾਈ ਆਪਣਾ ਸੀਨੀਅਰ ਆ ਉਹ ਬੰਦੇ ਤੋਂ ਮੰਨ ਲਾ ਤੂੰ ਆਪਾਂ ਉਹ ਬੰਦੇ ਦੀ ਗੇਮ ਦੇਖ ਕੇ ਬਹੁਤ ਕੁਛ ਸਿੱਖਿਆ ਆਪਾਂ ਕਿਉਂਕਿ ਉਹ ਯਾਰ ਮੈਂ ਕਹਣਾ ਮੇਰੇ ਨਾਲ 19 ਖੇਡਿਆ 17 ਖੇਡਿਆ ਉਹ ਏ ਕਲਾਸ ਪਲੇਅਰ ਆ ਮੇਰੇ ਨਾਲ ਮੈਂ ਖੇਡਿਆ ਟੱਲਿਆ ਹਾਂ ਮੇਰੇ ਨਾਲ ਟੱਲਿਆ ਉਹ ਟੱਲਿਆ ਚੰਦੀ ਪਿੰਡ ਦੀ ਟੀਮ ਲਈ ਸੀ ਹਾਂ ਬਹੁਤ ਚੰਗਾ ਅਸੀਂ ਇਕੱਠੇ ਜ਼ਿਲ੍ਹੇ ਲਈ ਸਿਲੈਕਟ ਹੋਏ ਸੀ ਉਹ ਬੰਦੇ ਦੀ ਬੋਡੀ ਲੈਂਗੁਏਜ ਬਹੁਤ ਸੋਹਣੀ ਸਟਾਈਲ ਬਹੁਤ ਸੋਹਣਾ ਖੇਡਣ ਦਾ ਜੱਟਦਾ ਯਾਰ ਪਲੇਅਰ ਉਹ ਖੇਡਦਾ ਹਾਂ ਤੇ ਦੂਜਾ ਸਟ੍ਰਾਈਕਰ ਇੱਕ ਮੁੰਡਾ ਸੁੱਖ ਭਾਜੀ ਹੋ ਗਿਆ ਆਪਣਾ ਉਹ ਏਜੀ ਚਾਹੁਣ ਰਾਜਸਥਾਨ ਅੱਛਾ ਉਹ ਪਟਿਆਲੇ ਰਿਹਾ ਆਪਣਾ ਸੁੱਖ ਉਹਨੇ ਵੀ ਯਾਰ ਬਹੁਤ ਘੈਂਟ ਅੱਛਾ ਹਾਂ ਤੇ ਸੈਂਟਰ ਹਾਫ ਇੱਕ ਮੁੰਡਾ ਮੇਰੇ ਨਾਲ ਜਸ਼ਨ ਹੁੰਦਾ ਸੀਗਾ ਅੱਛਾ ਘਣੀਏ ਵਾਲਾ ਪਿੰਡ ਵੱਜਦਾ ਉਹਦਾ ਮੁੰਡਾ ਜਸਕਰਨ ਭਾਈ ਆ ਉਹ ਹੁਣ ਨਾਮਧਾਰੀ ਫੁੱਟਬਾਲ ਚ ਖੇਡਦਾ ਨਾਮਧਾਰੀ ਕਲੱਬ ਚ ਆਈ ਲੀਗ ਖੇਡਦੇ ਆ ਜਸਕਰਨ ਉਹਦਾ ਵੱਡਾ ਭਾਈ ਸੀਗਾ ਮੁੰਡਾ ਜਸ਼ਨ ਸੈਂਟਰ ਹਾਫ ਖੇਡਦਾ ਬਹੁਤ ਚੰਗਾ ਪਲੇਅਰ ਸੀ ਤੇ ਕੋਈ ਵਾਲਡ ਦਾ ਕੋਈ ਵਧੀਆ ਪਲੇਅਰ ਵਾਲਡ ਦਾ ਬਾਈ ਆਪਾਂ ਨੂੰ ਇੱਕੋ ਪਲੇਅਰ ਪਾਇਆ ਉਹ ਵੀ ਲਿਓਨਲ ਮੈਸੀ ਹਾਂ ਇਹ ਫੋਟੋ ਲਾਈ ਫਿਰ ਹਾਂ ਇਹ ਬਾਗੜੀ ਨੂੰ ਵੀ ਬਾਗੜੀ ਦਾ ਵੀ ਪਲੇਅਰ ਉਹ ਬੈਸਟ ਫੇਵਰਟ ਪਲੇਅਰ ਆਪਣਾ ਵੀ ਹਾਂ ਮੈਂ ਵੀ ਬਹੁਤ ਮੈਚ ਖੇਡ ਲੇ ਤੂੰ ਆਰੋ ਪੰਜ ਕਿੰਨਾ ਟਾਈਮ ਹੋ ਗਿਆ ਤੈਨੂੰ ਖੇਡਦੇ ਨੂੰ ਮੈਨੂੰ ਬਈ ਹੋ ਹੀ ਗਏ ਤਕਰੀਬਨ 3-4-5-6 ਸਾਲ ਤਾਂ ਤੇ ਕੋਈ ਸਭ ਤੋਂ ਵਧੀਆ ਖੁਸ਼ੀ ਹੋਈ ਹੋਵੇ ਤੈਨੂੰ ਮੈਚ ਜਿੱਤ ਕੇ ਨੰਗਲ ਬਾਈ ਆ ਸ਼ੇਰਪੁਰਾ ਹਾਂ ਉਦੋਂ ਆਪਣੇ ਮਨ ਲਾ ਮੁੰਡੇ ਬਾਹਰ ਨੀ ਸੀਗੇ ਸੀਨੀਅਰ ਪਲੇਅਰ ਆਪਾਂ ਬਾਹਲੇ ਜੂਨੀਅਰ ਹੁੰਦੇ ਸੀ ਤੇ ਹੋਵਾਂਗੇ 16-17 ਸਾਲ ਦੇ ਤੇ ਉਦੋਂ ਸੀਨੀਅਰ ਬਹੁਤ ਵਧੀਆ ਖੇਡੇ ਸੀ ਆਪਣੀ ਟੀਮ ਉਦੋਂ ਉਦੋਂ ਕੋਈ ਮੈਚ ਜਿਹੜਾ ਆਦੇ ਆਪ ਨੂੰ ਦਿਲ ਨੂੰ ਖੁਸ਼ੀ ਹੋਈ ਹੋਵੇ ਵੀ ਆ ਅਸੀਂ ਆ ਕੱਪ ਐਡਾ ਵੱਡਾ ਕੱਪ ਅਸੀਂ ਜਿੱਤਿਆਗਾ ਹਾਂ ਬਈ ਆਪਾਂ ਕਮਾਲਪੁਰੇ ਅੱਛਾ ਜਿੱਤਿਆ ਸੀਗਾ ਹਾਂ ਸੈਮੀ ਮੈਚ ਆਪਣਾ ਪੱਖੋਵਾਲ ਨਾਲ ਜੀ ਸੁੱਖੀ ਫੂਲ ਵਾਲਾ ਖੇਡਦੇ ਸੀ ਬੈਸਟ ਸੀ ਹਾਂ ਹਾਂ ਸੁੱਖੀ ਦੇ ਨਾਲ ਕੌਣ ਸੀ ਇੱਥੇ ਇੱਕ ਵਾਰ ਸੁੱਖੀ ਮੁੰਡਾ ਡਿਫੈਂਡਰ ਉਹ ਸੀ ਮਾਨਸਾਲਾ ਕਰਮੀ ਹਾਂ ਕਰਮੀ ਤੇਂਦਰ ਖੇਡਦਾ ਇੱਕ ਤੇਂਦਰ ਮੱਲਿਆ ਹਾਂ ਜਿਹੜਾ ਪਤਲਵਾ ਹੁਣ ਦੱਸਿਆ ਉਹ ਬੰਦੇ ਦੀ ਬਹੁਤ ਵੱਡੀ ਭੂਮਿਕਾ ਸੀ ਆਪਾਂ ਜਿਤਾਉਣ ਚ ਉਦੋਂ ਵਧੀਆ ਟੀਮਾਂ ਸਾਰੇ ਮੈਚ ਹੀ ਸਾਡੇ ਟਫ ਸੀਗੇ ਸ਼ੁਰੂ ਤੋਂ ਲੈ ਕੇ ਫਿਰ ਆਪਣਾ ਸੈਮੀ ਪੱਖੋਵਾਲ ਨਾਲ ਸੀ ਸਨੀ ਹੁਣਾਂ ਨਾਲ ਉਹ ਤਾਂ ਉਹਨਾਂ ਦੀ ਕਹਿੰਦੀ ਕਹਾਉਂਦੀ ਟੀਮ ਸੀ ਹੁਣ ਤਾਂ ਚਲੋ ਅੱਡ ਅੱਡ ਹੋ ਗਏ ਉਹ ਕਹਿੰਦੀ ਕਹਾਉਂਦੀ ਟੀਮ ਸੀ ਉਦੋਂ ਉਹਨਾਂ ਨੇ ਜਿਹੜਾ ਗੋਲ ਕੀਤਾ ਮੈਂ ਬਹੁਤ ਖੁਸ਼ੀ ਹੋਈ ਹਾਂ ਸੈਮੀ ਚ ਗੋਲ ਕੀਤਾ ਸੀਗਾ ਸੁੱਖੀ ਨੇ ਪੈਨਲਟੀ ਸੇਵ ਕੀਤੀ ਪਹਿਲਾਂ ਸਾਡੇ ਵੱਲ ਪੈਨਲਟੀ ਹੋ ਗਈ ਸੀਗੀ ਚੱਲਦੇ ਮੈਚ ਸੁੱਖੀ ਨੇ ਪੈਨਲਟੀ ਕੀਤੀ ਸੇਵ ਕੀਤੀ ਤੇ 5 ਮਿੰਟਾਂ ਬਾਅਦ ਫਿਰ ਆਪਾਂ ਗੋਲ ਕੀਤਾ ਉਹਨਾਂ ਨੂੰ ਸਾਰਾ ਮੈਚ ਮੰਨ ਲਾ ਤੂੰ ਟੈਗ ਤੇ ਟੈਗ ਵੀ ਸੁੱਖੀ ਵਧੀਆ ਪਲੇਅਰ ਆ ਹਾਂ ਬਹੁਤ ਵਧੀਆ ਪਲੇਅਰ ਆ ਬਾਈ ਤੇ ਲੰਬਾ ਟਾਈਮ ਖੇਡ ਗਿਆ ਹਾਂ ਤੇ ਹੋਰ ਕੋਈ ਆਪਣਾ ਮੈਚ ਵੀ ਇਹ ਜਿਹੜਾ ਅੜਿਆ ਪਿਆ ਜਿਵੇਂ ਕਹਿੰਦੇ ਅੜਿਆ ਗੱਡਾ ਕੱਢਤਾ ਜਿੱਥੇ ਤਿੰਨ ਗੋਲ ਕੀਤੇ ਨਾ ਉਹ ਲੈਣਾ ਸੀਗਾ ਲਗਾਤਾਰ ਤਿੰਨ ਗੋਲ ਕੀਤੇ ਸੀ ਹਾਂ
ਤੇ ਅਕਾਲੀ ਕੇ ਉੱਥੇ ਵੀ ਤੂੰ ਹੈਗਾ ਹੀ ਸੀਗਾ ਉਧਰ ਮਾਨਸਾ ਵਾਲੇ ਉਹ ਮੈਚ ਬਹੁਤ ਟਫ ਸੀ ਕੁਕਰੀ ਦਾ ਸੀ ਕੋਕਰੀ ਫੁੱਲਾ ਸਿੰਘ ਨਾਲ ਮੈਚ ਸੀ ਦੂਜੀ ਨਾਲ ਸੀ ਕੋਕਰੀ ਕਲਾਣਾ ਸੀਗਾ ਕੋਕਰੀ ਕਲਾਣਾ ਸੀਗਾ ਪਾਤਰਾ ਗਾਣਾ ਨੀਟਾ ਖੇਡਦਾ ਸੀਗਾ ਤੇ ਸੈਮੀ ਮੈਚ ਸੀ ਨਾ ਆਪਣੇ ਵੱਲ ਗੋਲ ਹੋ ਗਿਆ ਸੀ ਹਾਂ ਤੂੰ ਮੈਚ ਝੰਡੂ ਗਿਆ ਸੀ ਹਾਂ ਇੱਕ ਰੈੱਡ ਕਾਰਡ ਹੋ ਗਿਆ ਸੀ ਗਗਨੀ ਬਾਈ ਨੂੰ ਹਾਂ ਗਗਨੀ ਬਾਈ ਦਾ ਵੀ ਬਹੁਤ ਵੱਡਾ ਨਾਮ ਆ ਫੁੱਟਬਾਲ ਚ ਤੇ ਹਾਂ ਪਟਿਆਲੇ ਹੁਣ ਤੱਕ ਵੀ ਕੋ ਸਾਹਿਬ ਉਹਦੀਆਂ ਮਿਸਾਲਾਂ ਦਿੰਦੇ ਆ ਪਟਿਆਲਾ ਕੋ ਸਾਹਿਬ ਹੋ ਗਏ ਹਾਂ ਦਿਲ ਦੇ ਵੀ ਬੰਦੇ ਬਹੁਤ ਵਧੀਆ ਨੇ ਨਾਈਸ ਬੰਦੇ ਨੇ ਯਾਰ ਲੜਾਈ ਪੜਾਈ ਹੋ ਗਈ ਉਹਨਾਂ ਨੇ ਐਂਟਰ ਕਰਨੀ ਬੰਦ ਕਰਤੀ ਸੀਗੀ ਐਤਕੀ ਉਹਨਾਂ ਨੂੰ ਕਹਿ ਕਹਾ ਕੇ ਤੇ ਜਿੱਤਣਾ ਜ਼ਰੂਰੀ ਸੀ ਸਾਰੇ ਪਿੰਡ ਵਾਲੇ ਹਾਂ ਉਧਰ ਥੋੜੇ ਖਾਣ ਪੀਣ ਦੇ ਤੈਨੂੰ ਪਤਾ ਸਕੀਨ ਰਸ ਵੱਧ ਸਕੀਨ ਆ ਬੰਦੇ ਇੱਕ ਫੈਨ ਫੋਲੋਇੰਗ ਵੱਧ ਉਧਰ ਬੰਦੇ ਵਾਲੀ ਫੁੱਟਬਾਲ ਦੀ ਜੋ ਲੋਕਲ ਏਰੀਆ ਦੇ ਵਿੱਚ ਮੈਚ ਹੋ ਗਿਆ ਮਾਨਸਾ ਏਰੀਆ ਬਾਈ ਮਾਨਸਾ ਏਰੀਆ ਦਾ ਉਹ ਪਿੱਛੇ ਲੋ ਮਗਰ ਲੋਕ ਆਪਣੇ ਲੋਕ ਮੈਨੂੰ ਐਂ ਨਹੀਂ ਸਮਝ ਆਉਂਦਾ ਵੀ ਉਹਨਾਂ ਨੂੰ ਕਿਉਂ ਕਹਿੰਦੇ ਵੀ ਪਸੜੇ ਹੋਏ ਆ ਉਹਦਾ ਲੋਕ ਆਪਣੇ ਦਾ ਮੂਹਰੇ ਨੇ ਜਿਹੜਾ ਆਪਣਾ ਆਪਣੇ ਬਾਈ ਲੁਧਿਆਣੇ ਏਰੀਏ ਚ ਵੀ ਚਲੋ ਘੱਟ ਇਕੱਠ ਹੁੰਦਾ ਆਪਣੇ ਵੀ ਘੱਟ ਹੁੰਦਾ ਥੋੜਾ ਜਿਹਾ ਤੇ ਇੱਧਰ ਆਪਣਾ ਸੰਗਰੂਰ ਮਾਨਸਾ ਵੱਲ ਵੀ ਘੱਟ ਹੁੰਦਾ ਮਾਨਸਾ ਏਰੀਆ ਇੱਕ ਮਾਝਾ ਏਰੀਆ ਹੋ ਗਿਆ ਟਿੱਕ ਇਹ ਬਹੁਤ ਯਾਰ ਮੈਂ ਕਹਿੰਦਾ ਬਹੁਤ ਘੈਂਟ ਬੰਦੇ ਨੇ ਉਹ ਜਵਾਕ ਇਹਨਾਂ ਦੇ 100-100 ਜਵਾਕ ਤਾਂ ਇਕੱਲਾ ਖੇਡਣ ਵਾਲਾ ਹੋ ਜਾਂਦਾ ਸਾਡੇ ਤਾਂ ਚਲੋ ਫਿਰ ਵੀ 4-5 ਗੇਮਾਂ ਦੇ ਜਵਾਕ 100 ਹੁੰਦਾ ਵਾ ਕੀ ਹੈ ਜੇ ਲੋਕਲ ਟੂਰਨਾਮੈਂਟ ਹੋਵੇ ਨੇੜੇ ਦੇ ਟੂਰਨਾਮੈਂਟ ਇਹਨਾਂ ਦਾ ਪਿੰਡ ਦੀ ਸਪੋਰਟ ਬਹੁਤ ਹੁੰਦੀ ਹੈ ਬਹੁਤ ਬਾਈ ਮਾਨਸਾ ਸਾਰੇ ਬੰਦੇ ਜਾਂ ਲੰਗਰ ਇੱਕ ਲੈਣ ਤੇ ਜੇ ਇੱਕ ਲੈਣ ਤੇ ਜਿਵੇਂ ਫੱਤੇ ਤੇ ਝੰਡੂਗੇ ਦਾ ਮੈਚ ਆ ਗਿਆ ਉਧਰਲੀ ਲੈਣ ਤੇ ਫੱਤੇ ਵਾਲੇ ਸਾਰੀ ਲੈਣ ਭਰੀ ਵੀ ਹੋਊਗੀ ਚਾਰੇ ਪਾਸਿਓਂ ਇੱਧਰ ਝੰਡੂਗੇ ਦੀ ਉੱਥੇ ਵੀ ਝੰਡੂਗੇ ਦੇ ਬੰਦੇ ਥੋੜੇ ਉਹ ਦੁਖੀ ਜੇ ਹੋ ਕੇ ਬਾਗੇ ਸੀ ਜੋ ਗੋਲ 5 ਮਿੰਟ ਰਹਿ ਗਏ 2-3 ਮਿੰਟ ਰਹਿੰਦੇ ਸੀ ਵੀ ਠੇਕੇ ਤੇ ਬਾਗੇ ਸੀ ਦੱਸਣ ਮੁਤਾਬਕ ਬਾਹਰਲੇ ਬੰਦੇ ਦੱਸਦੇ ਆਪਾਂ ਨੂੰ ਵੀ ਨਾਰਾਜ਼ ਹੋ ਗਏ ਸੀ ਵੀ ਨਾਰਾਜ਼ ਹੋ ਗਏ ਸੀ ਯਾਰ ਕਹਿੰਦੇ ਵੀ ਯਾਰ ਹਾਰ ਗਏ ਨੇ ਟਾਈਮ ਬਾਅਦ ਟੀਮ ਇੰਟਰ ਹੋਈ ਲਾਸਟ ਮਿੰਟਾਂ ਤੇ ਰੱਬ ਦਾ ਯਾਰ ਹੱਥ ਰਿਹਾ ਬਈ ਆਪਣੇ ਤੇ ਬਹੁਤ ਬਹੁਤ ਚਲ ਮੈਚਾਂ ਚ ਆਪਾਂ ਅੜੇ ਵਿਆ ਤੇ ਗੋਲ ਹੋਇਆ ਪੈ ਨਹੀਂ ਕਹਿੰਦੇ ਵੀ ਆਪਾਂ ਕੋਈ ਬਾਹਰੇ ਤਗੜੇ ਜਾਂ ਉਹ ਬਾ ਰੱਬ ਦੀ ਮਿਹਰ ਆ ਯਾਰ ਆਪਾਂ ਨੂੰ ਰੱਖਦਾ ਸਾਹਮਣੇ ਲਿਆਉਂਦਾ ਲੋਕਾਂ ਦੇ ਵੀ ਹਾਂ ਹੈਗੇ ਆ ਕੁਛ ਹੋਰ ਕੋਈ ਬੈਸਟ ਦੱਸ ਕੋਈ ਆਪਦੀ ਫੁੱਟਬਾਲ ਦੀ ਕੋਈ ਯਾਦਗਾਰ ਵੀ ਆਹ ਯਾਰ ਇੱਥੇ ਆਪਾਂ ਨੂੰ ਸਾਡੇ ਆਹ ਮਤਲਬ ਸਦਾ ਭੁੱਲੀ ਨਹੀਂ ਜਾਣੀ ਕੋਈ ਇਹੋ ਜਿਹੀ ਚੀਜ਼ ਆ ਫੁੱਟਬਾਲ ਦੀ ਟੂਰਨਾਮੈਂਟਾਂ 'ਤੇ ਕਈ ਇਹੋ ਜਿਹੀ ਘਟਨਾ ਵਾਪਰੀ ਹੋਵੇ ਇਹੋ ਜਿਹੀ ਘਟਨਾ ਇੱਕ ਤਾਂ ਯਾਰ ਜਿਵੇਂ ਆਪਾਂ ਬੈਸਟ ਨਿਕਲਦੇ ਹਾਂ ਬਾਈ ਬਹੁਤ ਚਾਅ ਚੜ੍ਹਦਾ ਉਹਦਾ ਮੈਂ ਬਹੁਤ ਚਲੋ ਉਹ ਟੂਰਨਾਮੈਂਟ ਜਿੱਤਿਆ ਤੂੰ ਬੈਸਟ ਬਣ ਕੇ ਕੀ ਜਿੱਤਿਆ ਇੱਕ ਤਾਂ ਬਾਈ ਸਾਈਕਲ ਮਿਲਿਆ ਸੀ ਆਪਾਂ ਟੂਰਨਾਮੈਂਟ ਤੋਂ ਬੈਸਟ ਨਿਕਲ ਗਿਆ ਤੁਸੀਂ ਤੱਕ ਇੰਨੇ ਗਿਣੇ ਤਾਂ ਹੈ ਨੀ ਬਾਈ ਊ ਵੱਧ ਮੈਂ ਹਿਸਾਬ ਲਾ ਵੀ ਕਿਸਮਤ ਲਾ ਲਾ ਚਾਹੇ ਕਿਵੇਂ ਮਰਜ਼ੀ ਜਿੱਥੇ ਕੱਪ ਹੁੰਦਾ ਗਾ ਬੈਸਟ ਮੈਂ ਉੱਥੇ ਉੱਥੇ ਹੀ ਬਣਿਆ ਗਾ ਵੱਧ ਤਾਂ ਇੱਕ ਤਾਂ ਸਾਈਕਲ ਜਿੱਤਿਆ ਗਾ ਆਪਾਂ ਇੱਕ ਪੱਖਾ ਜਿੱਤਿਆ ਸੀਗਾ ਤੇ ਹੋਰ ਵੀ ਕਈ ਤਗੜੇ ਕੰਮਾਂ ਤਗੜੇ ਜਿੱਥੇ ਰੱਖੇ ਹੁੰਦੇ ਆ ਪ੍ਰਾਈਜ਼ ਉੱਥੇ ਵੀ ਆਪਾਂ ਨੇੜੇ ਲਵੇ ਲੱਗਦੇ ਰਹੇ ਹਾਂ ਫਾਈਨਲ 'ਚ ਜਾਂਦੇ ਰਹੇ ਫਾਈਨਲ 'ਚ ਜਾਂਦੇ ਰਹੇ ਹਾਂ ਚਲੋ ਕਿਸਮਤ ਨਹੀਂ ਸਾਥ ਦਿੰਦੀ ਕਈ ਵਾਰ ਹਨਾ ਰਾਜਦੀਪ ਇੱਕ ਗੱਲ ਹੋਰ ਵੀ ਦੇਖੀ ਅੱਜ ਕੱਲ੍ਹ ਚੱਲ ਕਹਿਣਾ ਤਾਂ ਨਹੀਂ ਚਾਹੀਦਾ ਸੋਸ਼ਲ ਮੀਡੀਆ ਹੈਗਾ ਸੁਧਾਰ ਫੇਰ ਹੀ ਹੋਣਗੇ ਜੇ ਆਪਾਂ ਕਰਾਂਗੇ ਹਨਾ ਹਾਂ ਤੇ ਜਿਹੜੇ ਬੈਸਟ ਰੱਖੇ ਜਾਂਦੇ ਆ ਤੇ ਉਹਦੇ ਵਿੱਚ ਯਾਰੀਆਂ ਦੋਸਤੀਆਂ ਵੀ ਆਉਂਦੀਆਂ ਨੇ ਆਉਂਦੀਆਂ ਬਈ ਬਹੁਤ ਜਗ੍ਹਾ ਆ ਜਾਂਦੀਆਂ ਇਹ ਨਹੀਂ ਆਉਣੀ ਚਾਹੀਦੀ ਨਹੀਂ ਆਉਣੀ ਚਾਹੀਦੀਆਂ ਦੇਖੋ ਯਾਰ ਜਾਂ ਤਾਂ ਤੁਸੀਂ ਮੇਰੇ ਹਿਸਾਬ ਨਾਲ ਚਲੋ ਕੋਈ ਮੈਂ ਕੋਈ ਸਲਾਹ ਦੇ ਤੌਰ ਤੇ ਦੱਸਦਾ ਜਾਂ ਤਾਂ ਯਾਰ
ਸਾਰੇ ਮੈਚ ਦੇਖੋ ਸ਼ੁਰੂ ਤੋਂ, ਕਿਉਂਕਿ ਇੱਕ ਬੰਦਾ ਜ਼ਰੂਰੀ ਨਹੀਂ ਹੈਗਾ ਯਾਰ ਜਿਹੜਾ ਗੋਲ ਕਰਦਾ ਉਹੀ ਬੈਸਟ ਨਿਕਲੂਗਾ ਜਾਂ ਜਿਹੜਾ ਸੇਵ ਕਰਦਾ ਉਹੀ ਬੈਸਟ ਨਿਕਲੂਗਾ ਨਾ, ਕਿਉਂਕਿ ਇਹ ਇਕੱਲਾ ਬੰਦਾ ਚ ਕੁਛ ਨੀ ਗਾਦਾ, ਟੀਮ ਗੇਮ ਆ ਮੇਨ ਕੰਮ। ਕਈ ਹੁਣ ਸੈਂਟਰ ਬੈਕ ਵਿੱਚ ਬਹੁਤ ਚੰਗੇ ਹੁੰਦੇ ਆ, ਸਾਰੀ ਗੇਮ ਉਹਨਾਂ ਨਾ ਹੀ ਨੀ ਆਉਂਦਾ ਹਨਾ, ਜਾਂ ਡਿਫੈਂਡਰ ਹੁੰਦੇ ਆ ਉਹਨਾਂ ਦਾ ਨਾ ਹੀ ਨੀ ਆਉਂਦਾ ਬੰਦਿਆਂ ਦਾ, ਲੋਕ ਜਿਹੜੇ ਗੋਲ ਕਰਦਾ ਜਾਂ ਉਹਨੂੰ ਵੱਧ ਦੇਖਦੇ ਉਹਦੇ ਵੱਲ ਹੀ, ਜਾਂ ਸੇਵ ਕਰਦਾ ਅਗਲਾ ਕਹਿੰਦਾ ਪਨਾਲਟੀਆਂ ਸੇਵ ਕਰਦੇ ਆ ਕੀਪਰ ਨੇ ਹਨਾ। ਪਰ ਜਾਂ ਤਾਂ ਤੁਸੀਂ ਅਲੱਗ ਅਲੱਗ ਰੱਖ ਦੋ ਕੀਪਰ, ਬੈਸਟ ਕੀਪਰ ਅਲੱਗ ਰੱਖ ਦੋ, ਮੋਟਰਸਾਈਕਲ ਮੋਟਰਸਾਈਕਲ ਦੀ ਥਾਂ ਤੇ ਚਾਰ ਵਾਸ਼ਿੰਗ ਮਸ਼ੀਨਾਂ ਰੱਖਣ। ਉਹ ਵੀ ਗੱਲ ਸਹੀ ਹੈ ਤੇਰੀ ਬਈ, ਹਾਂ ਫੁੱਟਬਾਲ ਵੀ ਹੋਣਾ ਵੀ ਚਾਹੀਦਾ, ਟਰੈਕਟਰ ਰੱਖਿਆ ਜੰਡਿਆਲੀ ਆਇਆ, 2 ਸਾਲ ਹੋ ਗਏ ਮੋਟਰਸਾਈਕਲ ਦਿੱਤਾ, ਨਾਮ ਰੱਖੇ ਉਹ ਫੁੱਟਬਾਲ ਨੇ ਤਰੱਕੀ ਕਰ ਲਈ, ਪਹਿਲਾਂ ਫੁੱਟਬਾਲ ਅੱਜ ਦੀ ਫੁੱਟਬਾਲ ਬਹੁਤ ਫਰਕ ਆ ਬਈ। ਪਰ ਇਹ ਆ ਯਾਰ ਤੈਨੂੰ ਮੈਂ ਗੱਲ ਦੱਸਦਾ ਬਈ, ਪਹਿਲਾਂ ਵਾਲੀ ਫੁੱਟਬਾਲ ਚ ਨਾਮ ਘੱਟ ਸੀ ਕੁਛ ਵੀ ਸੀ, ਪਹਿਲਾਂ ਵਾਲੇ ਪਲੇਅਰ ਨਾਲ ਦੇ ਸੀਨੀਅਰ ਦੀ ਰਿਸਪੈਕਟ ਬਹੁਤ ਕਰਦੇ, ਹਾਂ ਇਹ ਗੱਲ ਤੇਰੀ ਮੰਨਣ ਵਾਲੀ ਆ, ਬਹੁਤ ਰਿਸਪੈਕਟ ਕਰਦੇ ਸੀਗੇ ਲੋਕ, ਜਿਹੜਾ ਥੋੜਾ ਵੱਧ ਸੀਨੀਅਰ ਹੁੰਦਾ ਸੀ ਉਹ ਤਾਂ ਪਿਓ ਵਾਂਗੂ ਹੀ ਮੰਨਦੇ ਸੀਗੇ, ਉਹਦੀ ਕੋਈ ਗੱਲ ਨੀ ਸੀ ਟਾਲਦੀ। ਅੱਜ ਕੱਲ ਇਹ ਆ ਯਾਰ ਲੋਕ ਮਤਲਬ ਹੀ ਹੋ ਗਏ ਥੋੜਾ ਜਿਹਾ, ਜੇ ਮਤਲਬ ਨਿਕਲ ਗਿਆ ਉਨਾ ਟਾਈਮ ਹੀ ਤੂੰ, ਜਿੰਨਾ ਟਾਈਮ ਮਤਲਬ ਆ ਤੇਰੇ ਨਾਲ ਉਨਾ ਟਾਈਮ ਹੀ ਤੂੰ ਸੀਨੀਅਰ ਆ, ਜਦੋਂ ਤੇਰਾ ਮਤਲਬ ਨਿਕਲ ਗਿਆ ਫਿਰ ਕਿਹੜਾ ਸੀਨੀਅਰ, ਥੋੜਾ ਬਾਹਰ ਨਿਕਲ ਗਿਆ ਲੋਕ ਭੁੱਲ ਜਾਂਦੇ ਆ, ਮੂਹਰੇ ਬੋਲਣ ਲੱਗ ਜਾਂਦੇ ਆ ਹਨਾ। ਚਲੋ ਮੈਚ ਚ ਮੈਂ ਤੁਸੀਂ ਬਹੁਤ ਲੱਗ ਲੱਗ ਗਿਆ ਅੱਜ ਕੱਲ ਗੋਲਾਂ ਤੇ, ਹਾਂ ਬਈ ਲੱਖ ਲੱਖ ਰੁਪਇਆ ਲੱਗਦਾ, ਹਾਂ ਐਨ ਆਰ ਆਈ ਭਰਾਮਦ ਦਾ ਬਹੁਤ ਧੰਨਵਾਦ ਰਾਜੀਪ। ਦਿੱਲੀ ਤੇ ਫਿਰ ਪੰਜਾਬ ਦੀ ਆਪਾਂ ਫੁੱਟਬਾਲ ਦੀ ਗੱਲ ਕਰੀਏ, ਕਿੰਨਾ ਕੁ ਫਰਕ ਲੱਗਦਾ ਦਿੱਲੀ ਤੇ ਪੰਜਾਬ ਦੀ ਫੁੱਟਬਾਲ ਚ? ਫਰਕ ਬਈ ਫਰਕ ਤਾਂ ਯਾਰ ਆ ਥੋੜਾ ਸਕਿੱਲ ਦਾ ਫਰਕ ਪੈ ਜਾਂਦਾ, ਪਰ ਦਲੇਰ ਆਪਣੇ ਪੰਜਾਬੀ ਵੱਧਨੇ ਹੋਰ ਕਿਸੇ ਵੀ ਉਹਦੇ ਨਾਲੋਂ। ਦਿੱਲੀ ਫਿਰ ਬੈਸਟ ਦੇਖ ਲਿਆ ਕਿਸੇ ਮੈਚ ਦੇ ਵਿੱਚ, ਲੀਗਾਂ ਦੇ ਵਿੱਚ ਚੱਲਦੀਆਂ ਨੇ ਜਿਹੜੀਆਂ, ਉੱਥੇ ਦਾ ਯਾਰ ਰੱਬ ਦੀ ਬਹੁਤ ਮਿਹਰ ਰਹੀ ਆ ਬਈ, ਜਦੋਂ ਦਾ ਮੈਂ ਭਰਤੀ ਹੋਇਆ ਇੰਜਰੀਆਂ ਵੀ ਬਹੁਤ ਘੱਟ ਆਈਆਂ, ਮੇਰੇ ਨਾਲ ਦੇ ਮੁੰਡੇ ਜਿਹੜੇ ਭਰਤੀ ਹੋਏ ਹੋਏ ਆ ਵਿੱਚ ਇੰਜਰੀਆਂ ਨੇ ਥੋੜੇ ਜਿਹੇ ਡਾਊਨ ਕਰਤੇ, ਜਿਹਨਾਂ ਦਾ ਆਪਣੇ ਨਾਲ ਉੱਚਾ ਨਾਂ ਸੀਗਾ, ਤੇ ਉੱਥੇ ਇੱਕ ਤਾਂ ਹੁਣ ਜਦੋਂ ਗਿਆ ਗਾ ਮੈਂ ਭਰਤੀ ਹੋਇਆ ਹੋਇਆ ਸੁਪਰ ਲੀਗ ਹੋਈ ਸੀਗੀ, ਉਹ ਚ ਬੈਸਟ ਪਲੇਅਰ ਬਣਿਆ ਸੀਗਾ, ਤੇ ਬਾਕੀ ਮੈਚਾਂ ਮੂਚਾਂ ਚ ਮੈਨ ਆਫ ਦੀ ਮੈਚ ਦਿੰਦੇ ਆ ਉਹ, ਇਹ ਚੀਜ਼ ਆਪਣੇ ਵੀ ਹੋਣੀ ਚਾਹੀਦੀ ਆ। ਪਰ ਫੁੱਟਬਾਲ ਚ ਹੁਣ ਪੰਜਾਬ ਚ ਵੀ ਬਹੁਤ ਸੁਧਾਰ ਹੋ ਗਿਆ, ਮੈਂ ਰੈਫਰਸ਼ਿਪ ਹੋ ਗਈ ਪਹਿਲਾਂ ਟਾਈਮ ਦਾ ਪਿੰਡ ਰੈਫਰਸ਼ਿਪ ਕਰਕੇ ਬਹੁਤ ਸੁਧਾਰ ਹੋ ਗਿਆ ਨਾ, ਬਾਕੀ ਆ ਲਾਈਵ ਸੋਸ਼ਲ ਮੀਡੀਆ ਕਰਕੇ ਬਹੁਤ, ਲਾਈਵ ਕਰਕੇ ਬਹੁਤ ਯਾਰ ਉਹ ਹੋਇਆ, ਲੋਕ ਜੁੜ ਗਏ ਇੱਕ ਦੂਜੇ, ਹਾਂ ਵਿੱਚ ਗਲਤੀਆਂ ਕਰ ਜਾਂਦੇ ਆ ਰੈਫਰੀ, ਪਰ ਪਿਛਲੇ ਉਹਦੇ ਨਾਲੋਂ ਬਹੁਤ ਸੁਧਾਰ ਆ, ਪਹਿਲਾਂ ਬਹੁਤ ਸੁਧਾਰ ਆ। ਅੱਜ ਕੱਲ ਪਲੇਅਰ ਵੀ ਸਿਆਣੇ ਹੋ ਗਏ, ਉਹਨਾਂ ਨੂੰ ਪਤਾ ਯਾਰ ਵੀ ਰੈਫਰੀ ਕੋਈ ਰੱਬ ਨਹੀਂ ਹੈਗਾ ਯਾਰ, ਸਹਿਨਸ਼ੀਲਤਾ ਕਰਨੀ ਚਾਹੀਦੀ ਹੈ, ਸਹਿਨਸ਼ੀਲਤਾ ਰੱਖਣੀ ਚਾਹੀਦੀ ਹੈ ਥੋੜੀ, ਹੋ ਜਾਂਦਾ ਵੀ ਰੈਫਰੀ ਆਪਣੇ ਬਹੁਤ ਚੰਗੇ ਨੇ ਗਿਆ ਹੁਣ, ਬਹੁਤ ਆਪਣੇ ਦੀ ਵੀ ਬਹੁਤ, ਹਾਂ ਰੈਫਰਸ਼ਿਪ ਹੈ ਹੀ ਕੰਫੀਡੈਂਸ ਦੀ, ਰੈਫਰੀ ਆਪਣਾ ਬਾਗੜੀ ਹੈਗਾ ਵਧੀਆ, ਇੱਕ ਚੈਣਾ ਹੋ ਗਿਆ ਰੈਕੋਟੀਆ ਤੇ ਪੱਖੋਵਾਲ ਵਾਲੀ ਅਮਰੀਕ ਹੋ ਗਿਆ ਹੈ ਤੇ ਕਾਲਾ ਹੋ ਗਿਆ ਆਪਣਾ, ਹਾਂ ਤੇ ਬਾਕੀ ਉਹ ਆਪਣੇ ਮਾਝੇ ਵਾਲੇ ਉਹ ਰਵੀ ਭਾਜੀ ਹੋਣੀ ਉਹ ਵੀ ਰੈਫਰੀ, ਹਾਂ ਰਵੀ ਸੁੱਜੂ, ਹਾਂ ਉਹਨਾਂ ਦੀ ਬਹੁਤ ਐਕਸਪੀਰੀਅੰਸ ਆ, ਉਹ 3-4 ਭਾਈ ਹੋਣੇ ਨੇ, ਬੱਟੀ ਭਾਜੀ ਹੋ ਗਿਆ, ਉਹ ਵੀ ਬੰਦੇ ਸੁਭਾਅ ਦੇ ਵੀ ਵਧੀਆ ਨੇ ਤੇ ਰੈਫਰਸ਼ਿਪ ਵੀ ਬਹੁਤ ਵਧੀਆ ਕਰਦੇ ਆ, ਕੰਟਰੋਲ ਰੱਖਦੇ ਆ ਮੈਚ ਨੂੰ, ਐ ਨੀ ਹੈਗਾ ਵੀ ਜਾਂ ਮੁੰਡਾ ਮਾਨਸ ਵਾਲਾ ਹੋ ਗਿਆ ਜੱਸ, ਹਾਂ ਜੱਸ ਮਾਨਸਾ ਹੋ ਗਿਆ, ਕੋ ਸਾਹਿਬ ਹੋ ਗਏ, ਚੀਨਾ ਕੋ ਸਾਹਿਬ ਵਧੀਆ
ਲੱਗਦੇ ਆਪਾਂ ਨੂੰ, ਮਤਲਬ ਇਹਨਾਂ ਦੀ ਰੈਫਰੀ ਮਨੀ ਖੇਡ ਕੇ ਸਵਾਦ ਆਉਂਦਾ ਮਨੀ ਜਲਾਲ ਦਾ ਯਾਰ ਬੰਦਾ ਹੀਰਾ ਬੰਦਾ ਉਹ ਤਾਂ ਇਸੇ ਰੈਫਰੀ ਦੇ ਨਾਲ ਪਲੇ ਇਨਸਾਨ ਵੀ ਉਹ ਇਨਸਾਨ ਵੀ ਬਹੁਤ ਵਧੀਆ ਤੇ ਉਹਦੀ ਯਾਰ ਬੰਦੇ ਨੂੰ ਬੰਦੇ ਦੀ ਫਿਟਨੈਸ ਨੂੰ ਬਹੁਤ ਵੱਡੀ ਦੇਣ ਆ ਕਬੱਡੀ ਚ ਵੀ ਤਗੜੇ ਤਗੜੇ ਪਲੇਅਰ ਬਹੁਤ ਪਲੇਅਰ ਉਹਨੇ ਹਾਂ ਫਰਿਆਦ ਅਰਗੇ ਫਰਿਆਦ ਅਰਗੇ ਇੰਦਰਜੀਤ ਘੋੜਾ ਹੋ ਗਿਆ ਮੁਕਸਰ ਵਾਲਾ ਨਿੱਕੂ ਕਲਿਆਣ ਵਾਲਾ ਹਾਂ ਇਹ ਕਿਸੇ ਗੱਲੋਂ ਹੀ ਲਾਉਂਦੇ ਆ ਤਿਆਰੀ ਉੱਥੇ ਹਨਾ ਜੇ ਕੋਈ ਗੁਣ ਹੈਗਾ ਬੰਦੇ ਚ ਸਰਾਬੇ ਦਾ ਕੱਪ ਹਰ ਕਿੰਨੇ ਵਜੇ ਜਿੱਤਿਆ ਸਰਾਬੇ ਆਪਾਂ ਬਈ ਪਟਿਆਲੇ ਚ ਜਿੱਤੇ ਆ ਦੋ ਪਤਾ ਤਿੰਨ ਵਾਰ ਸ਼ਾਇਦ ਲਗਾਤਾਰ ਜਿੱਤੇ ਆ ਦੋ ਸਾਲ ਹਾਂ ਯੂਨੀਵਰਸਿਟੀ ਵੱਲੋਂ ਹਾਂ ਤੇ ਉੱਥੇ ਸਰਾਬੇ ਯਾਰ ਬਹੁਤ ਸਵਾਦ ਆਉਂਦਾ ਖੇਡ ਕੇ ਬਈ ਆਪਣੇ ਪੰਜਾਬ ਦਾ ਵਰਲਡ ਕੱਪ ਹੀ ਆ ਉਹ ਵਰਲਡ ਕੱਪ ਜਿਹੜਾ ਸਰਾਬੇ ਕੱਪ ਜਿੱਤ ਲਿਆ ਤਾਂ ਵਰਲਡ ਕੱਪ ਹੀ ਆ ਸਾਰੇ ਪੰਜਾਬ ਦੇ ਇੱਕ ਤੋਂ ਇੱਕ ਪਲੇਅਰ ਹੁੰਦਾ ਸਾਰੇ ਇੰਡੀਆ ਦੇ ਹੀ ਹੁੰਦੇ ਆ ਪੰਜਾਬ ਦੇ ਕੀ ਇੰਡੀਆ ਦੇ ਹਾਂ ਸਹੀ ਬਹੁਤ ਸਵਾਦ ਆਉਂਦੇ ਇਹਨਾਂ ਦੇ ਉਹ ਵੀ ਬਹੁਤ ਵਧੀਆ ਯਾਰ ਫਿਕਚਰ ਬਣਾ ਕੇ ਪਾਉਣਾ ਟਾਈਮ ਟੂ ਟਾਈਮ ਮੈਚ ਸਹੀ ਕਰਾਉਣੇ ਤੇ ਗਰਾਊਂਡ ਗਰਾਊਂਡ ਦੇਖ ਕੇ ਰੂਹ ਖੁਸ਼ ਹੋ ਜਾਂਦੀ ਆ ਬੰਦੇ ਰਾਜੀ ਹੁਣ ਤਾਂ ਫਿਰ ਐ ਮੰਨ ਲਾ ਵੀ ਸਰਾਬਾ ਕੱਪ ਵੀ ਜਿੱਤ ਲਿਆ ਫੁੱਟਬਾਲ ਦੇ ਵਿੱਚ ਹੋਰ ਵੀ ਮੰਗ ਵੀ ਤੇਰੀ ਐ ਮੰਨ ਲਾ ਸਾਰੇ ਪੰਜਾਬ ਦੇ ਵਿੱਚ ਹਾਂ ਹਾਂ ਬਈ ਕਮੇਟੀਆਂ ਮੰਗ ਕਰਦੀਆਂ ਸਾਡੀ ਟੀਮ ਲਈ ਪਿੰਡ ਲਈ ਖੇਡੇ ਰਾਜੀ ਹਾਂ ਬਈ ਘਰ ਵੀ ਭਰ ਕੇ ਟਰਾਫੀਆਂ ਨਾਲ ਹਾਂ ਬਈ ਘਰ ਵਿੱਚ ਮੈਂ ਚਲੋ ਥੋੜੀ ਜਿਹੀ ਵੰਡ ਵੀ ਦਿੰਦਾ ਹੁਣਾ ਜਿਹੜੇ ਆਪਣੇ ਹੁਣ ਜਵਾਕ ਚਲੋ ਨਵੇਂ ਖੇਡਦੇ ਆ ਬਾਕੀ ਆਪਣੇ ਪਿੰਡ ਦਾ ਯਾਰ ਐ ਅਸੂਲ ਆ ਵੀ ਆਪਾਂ ਟਰਾਫੀ ਨਾ ਵਿੱਚ ਪਿੰਡਾਂ ਚ ਬਹੁਤ ਲੜਾਈਆਂ ਹੁੰਦੀਆਂ ਟਰਾਫੀ ਕਰਕੇ ਬਹੁਤ ਪਿੰਡ ਜਿਹਨੇ ਚੰਗੀਆਂ ਚੰਗੀਆਂ ਟੀਮਾਂ ਨੇ ਲੜ ਪੈਂਦੇ ਟਰਾਫੀ ਕਰਕੇ ਕੋਈ ਬਾਹਲੀ ਵੱਡੀ ਚੀਜ਼ ਨੀ ਹੈਗੀ ਯਾਰ ਹਨਾ ਮੇਨ ਗੱਲ ਆਪਾਂ ਟੂਰਨਾਮੈਂਟ ਜਿੱਤਣ ਦੀ ਹੁੰਦੀ ਆ ਤੇ ਟਰਾਫੀਆਂ ਹੁਣ ਮੈਂ ਵੀ ਪਿੰਡ ਹੁਣ ਕਰਦੀਆਂ ਮੇਰੀ ਜਿਹੜੀ ਦਿੱਲੀ ਹੁਣ ਜਿੱਤਿਆ ਪਿਆ ਗਾ ਉਹ ਉੱਥੇ ਫਲੈਟ ਚ ਪਈਆਂ ਨੇ ਆਪਣੇ ਬਹੁਤ ਵੀ ਹੋਣੀਆਂ 15-20 ਟਰਾਫੀਆਂ ਫੁੱਟਬਾਲ ਨੇ ਬਹੁਤ ਐ ਵਾਲੇ ਟਰਾਫੀਆਂ ਕੀ ਹੋਰ ਵੀ ਬੈਸਟ ਆ ਲਈ ਵੀ ਐਲਸੀਡੀਆਂ ਵਾਸ਼ਿੰਗ ਮਸ਼ੀਨਾਂ ਸਾਈਕਲ ਮੋਟਰ ਹਾਂ ਹਾਂ ਬਈ ਬਹੁਤ ਹੁਣ ਤਾਂ ਯਾਰ ਬਹੁਤ ਪੱਧਰ ਉੱਚਾ ਹੋ ਗਿਆ ਹਾਂ ਬਹੁਤ ਜ਼ਿਆਦਾ ਪੱਧਰ ਹਾਂ ਪਹਿਲੇ ਨੰਬਰ ਤੇ ਜੇ ਕਬੱਡੀ ਆ ਤਾਂ ਦੂਜੇ ਨੰਬਰ ਤੇ ਫੁੱਟਬਾਲ ਆ ਹੁਣ ਪੰਜਾਬ ਹਾਂ ਕਬੱਡੀ ਦੇ ਮਾਲਾ ਸੇਮ ਸੇਮ ਹੀ ਨੇ ਇਹਦਾ ਸਿਰਾ ਕੀ ਦੱਸਦੇ ਆਂਦਾ ਰਹੇ ਇਹਦਾ ਯਾਰ ਸੇਰਾ ਬਾਈ ਆ ਹੁਣ ਆਪਣੇ ਜਿਵੇਂ ਤੁਸੀਂ ਹੋਗੇ ਲਾਈਵ ਵਾਲੇ ਹਨਾ ਲਾਈਵ ਵਾਲੇ ਕਮੈਂਟਰੀ ਵਾਲੇ ਹੋਗੇ ਚਲੋ ਰੈਫਰੀ ਵੀ ਵਿੱਚ ਆਉਂਦੇ ਨੇ ਹੁਣ ਜਿਵੇਂ ਤੁਸੀਂ ਲਾਈਵ ਕਰਦੇ ਹੋ ਤਾਂ ਜਿਹੜੇ ਹੁਣ ਦੂਰ ਐਨਆਰਆਈ ਭਰਾ ਜੁੜਦੇ ਆ ਨਾਲ ਐਨਆਰਆਈ ਭਰਾ ਜੁੜਦੇ ਜਿਹੜੇ ਦੂਰ ਬੈਠੇ ਆ ਹੁਣ ਸਰਾਬਾ ਕੱਪ ਹੋ ਗਿਆ ਜਿਹੜੇ ਹੁਣ ਤੂੰ ਵੀ ਤੈਨੂੰ ਵੀ ਪਤਾ ਹੀ ਆ ਮੇਨ ਟੂਰਨਾਮੈਂਟ ਹੋ ਗਏ ਆਪਣੇ ਪੰਜਾਬ ਦੇ ਬੰਦਾ ਦੂਰ ਬੈਠਾ ਦੇਖ ਸਕਦਾ ਹਨਾ ਆਪਦੇ ਪਿੰਡ ਦਾ ਹੁਣ ਦਿੱਲੀ ਹੁਣ ਕਈ ਵਾਰ ਅਸੀਂ ਦਿੱਲੀ ਹੁੰਦੇ ਪਿੰਡ ਦਾ ਮੈਚ ਚੱਲਦਾ ਹੁੰਦਾ ਅਸੀਂ ਸਾਨੂੰ ਦੇਖਣ ਦਾ ਉਪਰਾਲਾ ਤੁਹਾਡੇ ਕਰਕੇ ਹੀ ਆ ਇਹ ਅਸੀਂ ਹੁਣ ਉੱਥੇ ਹੁਣ ਤਾਂ ਦੇਖ ਨਹੀਂ ਸਕਦੇ ਲਾਈਵ ਚ ਹੀ ਦੇਖ ਸਕਦੇ ਹਾਂ ਕਮੈਂਟਰੀ ਚ ਦੇਖ ਸਕਦੇ ਹਾਂ ਵੀ ਕਿਹੜੇ ਪਲੇਅਰ ਨੇ ਆਹ ਟਰਾਈ ਕੀਤੀ ਵਧੀਆ ਕੀਤੀ ਹਨਾ ਕਮੈਂਟਰੀ ਵੀ ਨਾਲ ਨਾਲ ਐ ਮਤਲਬ ਵੀ ਜ਼ਿਆਦਾ ਨਹੀਂ ਹੋਣੀ ਚਾਹੀਦੀ ਹਾਂ ਕਿਉਂਕਿ ਫੁੱਟਬਾਲ ਇਦਾਂ ਮੈਚ ਵੀ ਚੱਲਣਾ ਚਾਹੀਦਾ ਮੈਚ ਵੀ ਚੱਲਣਾ ਚਾਹੀਦਾ ਕਿਉਂਕਿ ਪਹਿਲਾਂ ਆਪਾਂ ਨੂੰ ਪਲੇਅਰਾਂ ਨੂੰ ਦੇਖਣਾ ਪੈਂਦਾਗਾ ਫਿਰ ਰੈਫਰ ਸੈਫਾ ਵੀ ਦੇਖਣੀ ਪੈਂਦੀ ਆ ਫਿਰ ਐਕਸਟਰਾ ਟਾਈਮ ਦੇ ਵਿੱਚ ਪਲੇਅਰ ਨੂੰ ਹੱਲਾਸ਼ੇਰੀ ਦੇਣੀ ਜ਼ਰੂਰੀ ਆ ਜਦੋਂ ਗੋਲ ਹੋ ਗਿਆ ਜਿਵੇਂ ਹੁਣ ਆਪਣੇ ਜਾਂ ਕੋਈ ਪਲੇਅਰ ਟੀਮ ਐਂਟਰ ਹੁੰਦੀ ਆ ਜਾਂ ਦੱਸਣਾ ਪੈਂਦਾ ਦੱਸਣਾ ਪੈਂਦਾ ਵੀ ਇਹ ਕਿੱਥੋਂ ਜਿੱਤਿਆ ਕਿੱਥੋਂ ਕੀ ਜਿਵੇਂ ਹੁਣ ਵਧੀਆ ਪਲੇਅਰ ਆਉਂਦੇ ਆ ਟੂਰਨਾਮੈਂਟ ਤੇ ਹੁਣ ਜਿਵੇਂ ਆਪਣੇ ਪਿੰਡ ਹੁਣ ਤੂੰ ਐਤਕੀ ਚਲੋ ਐਤਕੀ ਪੇਪਰਾਂ ਕਰਕੇ ਥੋੜਾ ਘੱਟ ਬੋਲਿਆ ਗਿਆ ਜਿਵੇਂ ਪਿਛਲੇ ਸਾਲ ਸੀਗਾ ਹੁਣ ਆਪਣੇ ਤੇਰੀ ਕਮੈਂਟਰੀ ਨਾ ਪਹਿਲੇ ਦਿਨ ਤੂੰ ਕਮੈਂਟਰੀ ਕੀਤੀ ਦੂਜੇ ਦਿਨ ਦੇਖ ਲਾ ਤੂੰ ਕਿੰਨਾ ਘੱਟ ਆਇਆ ਕਿਉਂਕਿ ਫਿਰ ਪਤਾ ਲੱਗਦਾ ਲੋਕਾਂ ਨੂੰ ਜਾਗਰੂਕ ਹੁੰਦੇ ਆ ਜਿਵੇਂ ਹੁਣ ਜਦੋਂ ਹੁਣ ਤੂੰ ਉੱਥੇ ਮੇਰੇ ਬਾਰੇ ਬੋਲਿਆ ਵੀ ਫੁੱਟਬਾਲ ਨੇ ਇੰਨਾ ਕੁਛ ਦਿੱਤਾ ਵੀ ਨੌਕਰੀ ਲਿੱਤੀ ਇੱਥੇ ਪਟਿਆਲੇ ਖੇਡਿਆ ਵਾ ਲੋਕ ਫਿਰ ਐ ਕਹਿਣ ਲੱਗ ਜਾਂਦਾ ਵੀ ਯਾਰ ਹਾਂ ਮੁੰਡੇ ਨੇ ਕੰਮ ਕੰਮ ਚ ਫਾਇਦਾ ਲਿਆ ਸੀ ਨਿਗਾਹ ਚ ਆ ਜਾਂਦਾ ਆਪਣੇ ਚਲੋ ਆਪਣੇ ਬਈ ਪਿੰਡ ਚ ਇੱਜ਼ਤ ਬਹੁਤ ਆ ਸਾਰੇ ਪਿੰਡ ਦੀ ਆਪਾਂ ਨੂੰ ਵਧੀਆ ਕਿਸੇ ਨਾਲ ਆਪਣੀ ਵਿਗੜੀ ਨਹੀਂ ਹੈਗੀ ਕਿਸੇ ਨਾਲ ਕੋਈ ਚੰਗਾ ਮੰਦਾ ਬੋਲ ਨਹੀਂ ਬੋਲਦੇ ਹੈਗੇ ਹਨਾ ਕਿਸੇ ਨੂੰ ਸਾਰੇ ਵਧੀਆ ਇੱਜ਼ਤ ਕਰਦੇ ਕਿਸੇ ਨੂੰ ਮਰਜ਼ੀ ਪੁੱਛ ਲਈ ਆਪਣੇ ਮਨ ਚ ਚੰਗਾ ਹੀ ਕਹੂਗਾ ਤੁਹਾਨੂੰ ਜੱਪਾ ਬਹੁਤ ਪਿਆਰ ਕਰਦੇ ਆ ਆਪਾਂ ਦਾ
ਫਰੈਂਡ ਸਰਕਲ ਦੇ ਵਿੱਚ ਲਓ ਵੀਰੇ ਰਾਜਦੀਪ ਨਾਲ ਗੱਲ ਕੀਤੀ ਠੀਕਰੀਵਾਲ ਦੇ ਨਾਲ। ਇੰਟਰਵਿਊ ਦੇਵਾਂਗੇ ਪਰ ਜੱਗੇ ਵੀਰ ਨੇ ਬਹੁਤ ਵਧੀਆ ਉਪਰਾਲਾ ਕੀਤਾ ਗਾ ਇਹ ਕਿਉਂ ਆਇਆ ਵੀ ਚਲੋ ਆਪਣਾ ਨੀ ਕੋਈ ਜਿਹੜੇ ਤਕੜੇ ਪਲੇਅਰ ਨੇ ਜਿਹੜੇ ਪਹਿਲਾਂ ਖੇਡੇ ਆ ਉਹ ਆਪਣੇ ਦੱਸ ਸਕਦੇ ਆ ਪ੍ਰਾਪਤੀਆਂ ਵੀ ਦੱਸ ਸਕਦੇ ਆ ਤੇ ਬਿਹਤਰ ਬਣਾਉਣ ਦੇ ਤਰੀਕੇ ਵੀ ਦੱਸ ਸਕਦੇ ਆ ਹਨਾ ਫੁੱਟਬਾਲ ਨੂੰ ਕਿਵੇਂ ਪੱਧਰ ਉੱਚਾ ਚੱਕੀਏ ਤੇ ਬਾਕੀ ਜਦੋਂ ਕੋਈ ਕਿਸੇ ਦਾ ਬੈਸਟ ਪਲੇਅਰ ਦਾ ਕੋਈ ਨਾਂ ਲੈਂਦਾ ਗਾ ਵੀ ਮੇਰਾ ਫੇਵਰਟ ਪਲੇਅਰ ਆ ਉਹ ਬੰਦੇ ਨੂੰ ਵੀ ਦੁੱਗਣਾ ਹੌਸਲਾ ਮਿਲਦਾ ਗਾ ਹਨਾ ਅਗਲਾ ਕਹਿੰਦਾ ਵੀ ਚੱਲ ਯਾਰ ਵੀ ਵੀ ਆਪਾਂ ਨੂੰ ਕੋਈ ਪਸੰਦ ਕਰਦਾ ਯਾਰ ਹਨਾ ਅਗਲੇ ਨੂੰ ਐਂ ਹੁੰਦਾ ਵੀ ਚੱਲ ਆਪਾਂ ਖੇਡਦੇ ਹਾਂ ਤਾਂ ਪਸੰਦ ਕਰਦਾ ਹੌਸਲਾ ਵੱਧਦਾ ਬੰਦੇ ਦਾ। ਲਓ ਵੀਰੇ ਇਹ ਸੀ ਸਾਡਾ ਨਾਲ ਸਟਾਰ ਪਲੇਅਰ ਅੱਜ ਦੇ ਟਾਈਮ ਦਾ ਰਾਜਦੀਪ ਠੀਕਰੀਵਾਲੀ ਆ ਮੁੰਡਾ ਛੋਟੇ ਪਰਿਵਾਰ ਚੋਂ ਉੱਠ ਕੇ ਦਿੱਲੀ ਤੇ ਕਲੱਬਾਂ ਤੱਕ ਜਿਹਨੇ ਮੱਲਾਂ ਮਾਰੀਆਂ ਨੇ ਤੇ ਅੱਜ ਉਹਦਾ ਇੰਟਰਵਿਊ ਕੀਤਾ ਤੇ ਧੰਨਵਾਦ ਵੀ ਕਰਦੇ ਹਾਂ ਤੇ ਸਾਡਾ ਇਹ ਉਪਰਾਲਾ ਕਿੱਦਾਂ ਦਾ ਲੱਗਿਆ ਸਾਰੇ ਭਰਾ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਨਾਲ ਦੀ ਨਾਲ ਵੀਡੀਓ ਨੂੰ ਸ਼ੇਅਰ ਵੀ ਕਰੋ ਸਾਨੂੰ ਹੌਸਲਾ ਵਧਾਈ ਦਿਓ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਪਲੇਅਰਾਂ ਦੇ ਨਾਲ ਅਸੀਂ ਇੰਟਰਵਿਊ ਕਰ ਸਕੀਏ ਜੇ ਸਾਨੂੰ ਹੱਲਾ ਸ਼ੇਰੀ ਦਿਓਗੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੱਧ ਤੋਂ ਵੱਧ ਸ਼ੇਅਰ ਕਰਿਓ ਵੀਡੀਓ ਨੂੰ ਤੇ ਅਸੀਂ ਹੋਰ ਵੀ ਅੱਗੇ ਤੋਂ ਅੱਗੇ ਪਲੇਅਰ ਤੁਹਾਡੇ ਰੂਬਰੂ ਕਰਵਾਉਂਦੇ ਰਹਾਂਗੇ ਤੇ ਬਹੁਤ ਬਹੁਤ ਧੰਨਵਾਦ ਸਾਰੇ ਦਰਸ਼ਕਾਂ ਦਾ ਧੰਨਵਾਦ ਬਹੁਤ ਬਹੁਤ ਧੰਨਵਾਦ ਧੰਨਵਾਦ ਤੁਹਾਡਾ।